नमस्कार, सत श्री अकाल। मैं फ्री मीडिया इनिशिएटिव वालों निधि भारती तुहाडे सारयां दा स्वागत करदी हां। अज दा एपीसोड खास है क्योंकि यूथ पावर दे विच अज ने साडे नाल बदलाव ते जागो पंजाबियों दा नारा लैके एक महिला सिमरन कौर गिल, इह पेशे वजो वकील ने, एक सोशल वर्कर ने ते पंजाब कांग्रेस दे एक सरगर्म लीडर वी ने। सो आओ गलबात करदे हां सिमरन कौर गिल दे नाल। सिमरन जी, प्रोग्राम यूथ पावर दे विच तुहाडा बहुत बहुत स्वागत है। थैंक यू सो मच। मैं तुहानूं पुछना चाहूँगी, पंजाब वर्गा सूबा जिथे औरतां दा रुझान काफ़ी घट रहिंदा है सियासत दे विच, उस इस तरह दे माहौल दे विच तुहाडा सियासत विच आना किस तरह होया? मैम, इस चीज़ दा मैं जदों यूनिवर्सिटी दे विच एंटर कीती सी, पंजाब यूनिवर्सिटी उत्थे इलैक्शन हुंदियां ने, ਤਾਂ ਉਸ ਚੀਜ਼ ਦੀ ਮੋਟੀਵੇਸ਼ਨ ਮੈਨੂੰ ਉੱਥੋਂ ਮਿਲੀ ਸੀ ਜਿੱਥੇ 75% ਕੁੜੀਆਂ ਸੀਗੀਆਂ ਪਰ ਲੀਡ ਕਰਨ ਵਾਲੇ ਮੁੰਡੇ ਸੀਗੇ। ਤਾਂ ਅੰਦਰ ਇੱਕ ਹੁੰਦਾ ਸੀਗਾ ਕਿ ਕਿਉਂ, ਜਦ ਜਿਹੜੀ ਜ਼ਿੰਦਗੀ ਦੀ ਗੱਡੀ ਆ ਉਹਦੇ ਲਈ ਮੇਲ ਅਤੇ ਫੀਮੇਲ ਦੋਨੋਂ ਜ਼ਰੂਰੀ ਆ, ਤਾਂ ਜਿਹੜੀ ਸਿਆਸਤ ਆ ਇਹਦੇ ਵਿੱਚ ਕੁੜੀਆਂ ਕਿਉਂ ਨੇ? ਤਾਂ ਉਸ ਚੀਜ਼ ਦਾ ਰੁਝਾਨ ਪੋਲੀਟੀਕਲ ਸਾਇੰਸ ਡਿਪਾਰਟਮੈਂਟ ਤੋਂ ਪਾਸ ਹੋਈ ਜਾਂ ਲਾਅ ਤੋਂ ਪਾਸ ਹੋਈ, ਤਾਂ ਉਹ ਮੇਰੇ ਅੰਦਰ ਉਹ ਚੀਜ਼ ਹਮੇਸ਼ਾ ਮਤਲਬ ਇੱਕ ਅੱਗ ਲੱਗੀ ਰਹਿੰਦੀ ਸੀਗੀ ਕਿ ਯੈਸ, ਆਈ ਵਾਂਟ ਇਕੁਐਲਿਟੀ, ਆਈ ਵਾਂਟ ਦੈਟ ਸੇਮ ਸਟੇਟਸ ਫੋਰ ਗਰਲਜ਼ ਆਲਸੋ। ਤਾਂ ਹੌਲੀ ਹੌਲੀ ਉਹ ਰੁਝਾਨ ਮਤਲਬ ਵੱਧਦਾ ਗਿਆ ਪੰਜਾਬ ਦੀ, ਐਜ਼ ਆ ਮੈਂ ਪੰਜਾਬ ਯੂਨੀਵਰਸਿਟੀ ਦੀ ਫਸਟ ਫੀਮੇਲ ਲੀਡਰ ਬਣ ਕੇ ਉਭਰੀ। ਤਾਂ ਅੱਜ ਪੰਜਾਬ ਯੂਨੀਵਰਸਿਟੀ ਦਾ ਰੁਝਾਨ ਬਦਲ ਗਿਆ, ਜਿੱਥੇ ਕੁੜੀਆਂ ਦਿਖਦੀਆਂ ਹੀ ਨਹੀਂ ਹੁੰਦੀਆਂ ਸੀ, ਸਟੇਜਸ 'ਤੇ ਫੰਕਸ਼ਨ ਹੁੰਦੇ ਸੀ ਸਿਰਫ ਮੁੰਡੇ ਹੁੰਦੇ ਸੀਗੇ, ਲੀਡ ਕਰਨ ਵਾਲੇ ਮੁੰਡੇ ਹੁੰਦੇ ਸੀ। ਅੱਜ ਉੱਥੇ ਹਰ ਪਾਰਟੀ ਕੁੜੀ ਦੀ ਲੋੜ ਨੂੰ ਮਹਿਸੂਸ ਕਰ ਰਹੀ ਆ। ਠੀਕ, ਅਤੇ ਸੇਮ ਉਸੇ ਇਸ਼ੂ ਨੂੰ ਲੈ ਕੇ ਮੈਂ ਹੁਣ ਪੰਜਾਬ ਦੀ ਜਿਹੜੀ ਸਿਆਸਤ ਆ ਉਹਦੇ ਵਿੱਚ ਆਈ ਹਾਂ ਕਿ ਯੈਸ, ਅਸੀਂ ਚਾਹੁੰਦੇ ਹਾਂ ਕਿ ਸਾਡੀ ਵੀ ਫੀਮੇਲ ਲੀਡਰ ਹੋਣ। ਤੁਹਾਨੂੰ ਕੀ ਕਾਰਨ ਲੱਗਦਾ ਪੰਜਾਬ ਦੇ ਵਿੱਚ ਔਰਤਾਂ ਦਾ ਰੁਝਾਨ, ਕੁੜੀਆਂ ਦਾ ਰੁਝਾਨ ਸਿਆਸਤ ਵਿੱਚ ਘੱਟ ਕਿਉਂ ਹੈ? ਮੈਮ, ਇਹਦੇ ਬਹੁਤ ਸਾਰੇ ਰੀਜ਼ਨ ਆ। ਸਭ ਤੋਂ ਵੱਡਾ ਜਿਹੜਾ ਰੀਜ਼ਨ ਆ, ਕੁੜੀਆਂ ਨੂੰ ਡੀਮੋਰਲਾਈਜ਼ ਕਰ ਦਿੱਤਾ ਜਾਂਦਾ। ਅਗਰ ਉਹਨਾਂ ਦੇ ਵਿੱਚ ਉਹ ਪੈਸ਼ਨ ਵੀ ਹੈਗਾ ਨਾ ਕਿ ਤੁਸੀਂ ਕਰਨਾ, ਜਿਵੇਂ ਜਿਹੜੀਆਂ ਚੀਜ਼ਾਂ ਮੈਂ ਵੀ ਫੇਸ ਕੀਤੀਆਂ, ਫੈਮਿਲੀ ਵੱਲੋਂ ਉਹਨਾਂ ਨੂੰ ਸਪੋਰਟ ਨਹੀਂ ਮਿਲਦੀ, ਉਹ ਕਹਿੰਦੇ ਆ ਕਿ ਤੁਸੀਂ ਕੀ ਕਿਹੜੇ ਪਾਸੇ ਜਾ ਰਹੇ ਹੋ, ਤੁਸੀਂ ਟੀਚਰ ਬਣ ਜਾਓ। ਈਵਨ ਲਾਅ ਪ੍ਰੋਫੈਸ਼ਨ ਵੀ ਕੁੜੀਆਂ ਲਈ ਗੁੱਡ ਨਹੀਂ ਮੰਨਿਆ ਜਾਂਦਾ, ਕਹਿਣਗੇ ਤੁਸੀਂ ਟੀਚਰ ਆਨੋ, ਕੁੜੀਆਂ ਲਈ ਤਾਂ ਟੀਚਿੰਗ ਹੀ ਵਧੀਆ ਆ। ਉਹਨਾਂ ਨੂੰ ਡੀਮੋਰਲਾਈਜ਼ ਕਰ ਦਿੱਤਾ ਜਾਂਦਾ ਕਿ ਇਹ ਤਾਂ ਬੰਦਿਆਂ ਦਾ ਪ੍ਰੋਫੈਸ਼ਨ ਆ। ਈਵਨ ਤੁਸੀਂ ਦੇਖੋ, ਆਪਾਂ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਸ ਬੈਠਦੀਆਂ ਨੇ, ਉਹਨਾਂ ਦੇ ਵਿੱਚ ਫੀਮੇਲਸ ਦੀ ਪਾਰਟੀਸਪੇਸ਼ਨ ਹੀ ਨਹੀਂ ਹੁੰਦੀ। ਉਹਨਾਂ ਨੂੰ ਸ਼ੁਰੂ ਤੋਂ ਉਹਨਾਂ ਦੀ ਜਿਹੜੀ ਸੋਸ਼ਲਾਈਜੇਸ਼ਨ ਆ ਉਹ ਹੀ ਇੱਦਾਂ ਕਰ ਦਿੱਤੀ ਜਾਂਦੀ ਆ ਕਿ ਇਹ ਤੁਹਾਡੇ ਲਈ ਨਹੀਂ ਬਣਿਆ, ਇਹ ਸਿਰਫ ਮੇਲ ਡੋਮੇਨ ਆ। ਜੋ ਪੜ੍ਹਦੇ ਆ, ਜਿਨ੍ਹਾਂ ਦੇ ਅੰਦਰ ਅੱਗ ਹੁੰਦੀ ਆ ਕਿ ਨਹੀਂ, ਸਾਡੇ ਲਈ ਰੂਲ ਬਣਦੇ ਨੇ ਤਾਂ ਉਸ ਰੂਲ ਦੇ ਵਿੱਚ ਅਸੀਂ ਵੀ ਹੋਣੇ ਚਾਹੀਦੇ ਹਾਂ। ਤਾਂ ਮਤਲਬ ਉਹ ਜਿਨ੍ਹਾਂ ਦੇ ਅੰਦਰ ਉਹ ਅੱਗ ਹੁੰਦੀ ਉਹ ਲੜ ਲੜ ਕੇ ਮੁਸੀਬਤਾਂ ਸਹਿ ਸਹਿ ਕੇ ਆ ਜਾਂਦੀਆਂ ਨੇ, ਬਟ ਫੈਮਲੀ ਪ੍ਰੋਬਲਮ, ਫਿਰ ਫਾਈਨੈਂਸ਼ੀਅਲ, ਕਿਉਂਕਿ ਕੁੜੀ ਨੇ ਵਿਆਹ ਕੇ ਕਿਸੇ ਦੂਜੇ ਘਰ ਜਾਣਾ ਹੁੰਦਾ, ਜੇ ਉਹ ਆਪਣੇ ਪੇਕੇ ਪਿੰਡ ਹੀ ਮੰਨ ਲਓ ਪੇਕਿਆਂ 'ਚ ਰਹਿੰਦੀ ਹੋਈ ਉਹ ਪੋਲੀਟਿਕਸ 'ਚ ਹੈਗੀ ਆ, ਪਰ ਸਹੁਰੇ ਕੱਲ੍ਹ ਨੂੰ ਨਾ ਅਲਾਓ ਆਊਟ ਕਰਨ, ਉਹਦੀ ਫੈਮਿਲੀ ਲਾਈਫ ਡਿਸਟਰਬ ਹੋ ਜਾਂਦੀ ਆ। ਸੋ ਇੱਦਾਂ ਦੇ ਬਹੁਤ ਸਾਰੇ ਰੀਜ਼ਨ ਆ। ਫਿਰ ਉਹਨਾਂ ਨੂੰ ਸੀਨੀਅਰਸ ਵੱਲੋਂ ਥਰੈਟ ਵੀ ਕੀਤਾ ਜਾਂਦਾ ਆ, ਰੇਪ ਦਾ ਇਲਜ਼ਾਮ ਇੱਕ ਕੁੜੀ 'ਤੇ ਹੁੰਦਾ, ਬੰਦੇ 'ਤੇ ਨਹੀਂ ਹੁੰਦਾ। ਉਹਨਾਂ ਨੂੰ ਉਹੋ ਜਿਹੀਆਂ ਵੀ ਮਤਲਬ ਚੀਜ਼ਾਂ ਸਹਿਣੀਆਂ ਪੈਂਦੀਆਂ ਨੇ, ਉਹਨਾਂ ਦੇ ਕਰੈਕਟਰ 'ਤੇ ਉਂਗਲੀਆਂ ਉਠਾਈਆਂ ਜਾਂਦੀਆਂ। ਸੋ ਬਹੁਤ ਸਾਰੇ ਰੀਜ਼ਨ ਆ ਜਿਹੜੇ ਉਹਨਾਂ ਨੂੰ ਡੀਮੋਰਲਾਈਜ਼ ਕਰਦੇ ਆ। ਅਤੇ ਕਾਂਗਰਸ ਪਾਰਟੀ ਦੇ ਨਾਲ ਤੁਸੀਂ ਜੁੜੇ ਹੋਏ ਹੋ, ਕਾਂਗਰਸ ਪਾਰਟੀ ਨੇ ਐਜ਼ ਅ ਪਾਰਟੀ ਸੂਬੇ ਦੇ ਵਿੱਚ ਔਰਤਾਂ ਲਈ, ਕੁੜੀਆਂ ਲਈ ਕੀ ਕੁਝ ਕੀਤਾ? ਸਭ ਤੋਂ ਜ਼ਿਆਦਾ ਜਿਹੜੀ ਫੀਮੇਲ ਲੀਡਰਸ਼ਿਪ ਆਪਾਂ ਨੂੰ ਦੇਖਣ ਨੂੰ ਮਿਲਦੀ ਆ, ਜਾਂ ਜਿਹੜੇ ਮੈਂ ਵੀ ਜਦੋਂ ਪਾਰਟੀ ਕਾਂਗਰਸ ਜੁਆਇਨ ਕੀਤੀ ਤਾਂ ਮੈਂ ਪਹਿਲਾਂ ਇਹੀ ਚੀਜ਼ ਦੇਖੀ ਸੀਗੀ, ਸਾਨੂੰ ਫੀਮੇਲਸ ਨੂੰ ਰਿਜ਼ਰਵੇਸ਼ਨ ਆ। ਈਵਨ ਜਿਹੜੀਆਂ ਇੰਟਰਨਲ ਪੋਲ ਹੁੰਦੀਆਂ ਨੇ, ਚਾਹੇ NSUI ਦੀਆਂ ਹੋਵੇ, ਯੂਥ ਕਾਂਗਰਸ ਦੀਆਂ ਹੋਵੇ, ਉਹਨਾਂ ਦੇ ਵਿੱਚ ਵੀ ਰਿਜ਼ਰਵ ਸੀਟਸ ਹੁੰਦੀਆਂ ਨੇ। ਫੀਮੇਲ ਆ ਉਹ ਆਫਿਸ ਬੇਅਰਰ ਬਣਨ ਲਈ ਉਹਨੂੰ ਘੱਟ ਵੋਟਸ 'ਤੇ ਵੀ ਬਣ ਜਾਂਦੀ ਆ, ਕਿਉਂ ਕਿਉਂਕਿ ਉਹਦੀਆਂ ਪ੍ਰੋਬਲਮਸ ਨੂੰ ਅੰਡਰਸਟੈਂਡ ਕੀਤਾ ਜਾਂਦਾ। ਫਿਰ ਇਹਦੇ ਵਿੱਚ ਰਿਜ਼ਰਵੇਸ਼ਨ ਆ, ਇਹਦੇ ਵਿੱਚ ਜਿਹੜੀਆਂ ਫੀਮੇਲ ਲੀਡਰ ਨੇ, ਜਿਵੇਂ ਮੇਰੇ ਕੋਈ ਫੈਮਿਲੀ ਬੈਕਗਰਾਊਂਡ ਨਹੀਂ ਗੀ, ਨਾ ਮੇਰੇ ਕੋਈ ਫਾਈਨੈਂਸ਼ੀਅਲ ਬੈਕਗਰਾਊਂਡ ਆ, ਬਸ ਜਸਟ ਕਿਉਂਕਿ ਮੇਰੇ ਵਿੱਚ ਕੋਈ ਪੈਸ਼ਨ ਹੈਗਾ ਆ, ਮੇਰਾ ਕੋਈ ਟੈਲੈਂਟ ਹੈਗਾ, ਇਸ ਲਈ ਮੈਨੂੰ ਸਾਰੇ ਲੀਡਰ ਐਪਰੀਸ਼ੀਏਟ ਕਰਦੇ ਨੇ, ਸੀਨੀਅਰ ਲੀਡਰਸ਼ਿਪ ਆ। ਮੈਂ ਰਾਹੁਲ ਗਾਂਧੀ ਜੀ ਨੂੰ ਵੀ ਮਿਲੀ ਹਾਂ, ਉਹਨਾਂ ਨੇ ਵੀ ਮੈਨੂੰ ਕਿਹਾ ਸੀਗਾ ਕਿ ਹਾਂ, ਸਾਨੂੰ ਫੀਮੇਲ ਲੀਡਰ ਚਾਹੀਦੀਆਂ ਨੇ, ਤੁਸੀਂ ਅੱਗੇ ਵਧੋ। ਤਾਂ ਉਹ ਮੋਟੀਵੇਸ਼ਨ ਮਿਲਦੀ ਆ ਜਿਹੜੀ ਮੈਨੂੰ ਹੋਰ ਕਿਸੇ ਪਾਰਟੀ 'ਚ ਦੇਖਣ ਨੂੰ ਨਹੀਂ ਮਿਲੀ, ਅਤੇ ਉਹ ਇਕੁਐਲਿਟੀ ਹੈਗੀ ਆ। ਐਂਡ ਬਾਕੀ ਸੋਨੀਆ ਗਾਂਧੀ ਆ, ਸ਼ੀ ਇਜ਼ ਲੀਡਿੰਗ, ਮਤਲਬ ਸਟਰੋਂਗੈਸਟ ਫੀਮੇਲ ਲੀਡਰ ਆ ਅੰਬਿਕਾ ਸੋਨੀ ਜੀ ਨੇ। ਅਤੇ ਔਰਤਾਂ ਦੇ ਕਿਹੜੇ ਕਿਹੜੇ ਮੁੱਦੇ ਤੁਸੀਂ ਪੰਜਾਬ ਸੂਬੇ ਦੇ ਵਿੱਚ ਰਿਕਗਨਾਈਜ਼ ਕਰਦੇ ਹੋ ਕਿ ਔਰਤਾਂ ਨੂੰ ਇਹ ਮੁਸ਼ਕਿਲਾਂ ਪੇਸ਼ ਆ ਰਹੀਆਂ ਇਸ ਸੂਬੇ ਦੇ ਵਿੱਚ? ਬਹੁਤ ਸਾਰੇ ਇਸ਼ੂ ਆ ਜਿਨ੍ਹਾਂ ਦੇ ਵਿੱਚੋਂ ਸੈਂਸਿਟਿਵ ਇਸ਼ੂ ਜਿਹੜਾ ਮੈਨੂੰ ਲੱਗਦਾ ਆ ਐਜੂਕੇਸ਼ਨ 'ਤੇ ਆ, ਕਿਉਂਕਿ ਜੇ ਸਾਡੀ ਸੋਸ਼ਲਾਈਜੇਸ਼ਨ ਅਤੇ ਸਾਡੀ ਜਿਹੜੀ ਐਜੂਕੇਸ਼ਨ ਆ, ਸਾਡਾ ਬੇਸ ਆ, ਉਹੀ ਸਟਰੋਂਗ ਹੋਊਗਾ ਦਾ ਫੀਮੇਲ ਦਾ,
ਤਾਂ ਮੈਨੂੰ ਨਹੀਂ ਲੱਗਦਾ ਅੱਗੇ ਜਾ ਕੇ ਸਾਨੂੰ ਪ੍ਰੋਬਲਮ ਹੋਣਗੀਆਂ। ਸਾਡੀ ਐਜੂਕੇਸ਼ਨ ਦੇ ਵਿੱਚ ਵੀ ਮਤਲਬ ਪ੍ਰੋਬਲਮ ਕਿੱਥੇ ਹੁੰਦੀ ਹੈ? ਸਾਰੇ ਕਹਿੰਦੇ ਕਿ ਹਾਂਜੀ ਐਜੂਕੇਸ਼ਨ ਮਿਲਦੀ ਤਾਂ ਹੈਗੀ ਆ ਕੁੜੀਆਂ ਨੂੰ, ਪਰ ਮੰਨ ਲਓ ਇੱਕ ਫੈਮਿਲੀ ਗਰੀਬ ਆ, ਉਹਦਾ ਇੱਕ ਮੁੰਡਾ ਇੱਕ ਕੁੜੀ ਆ, ਉਹ ਇੱਕ ਬੈਟਰ ਐਜੂਕੇਸ਼ਨ ਦੇਣ ਲਈ ਆਪਣੇ ਬੇਟੇ ਨੂੰ ਪ੍ਰੈਫਰੈਂਸ ਦੇਣਗੇ ਰੈਦਰ ਦੈਨ ਕੁੜੀ। ਐਂਡ ਜੇ ਇਹੀ ਐਜੂਕੇਸ਼ਨ ਪੰਜਾਬ ਦੇ ਵਿੱਚ ਫੀਮੇਲ ਲਈ ਸਾਰੀ ਫ੍ਰੀ ਹੋਊਗੀ ਤਾਂ ਪੰਜਾਬ ਦੀ ਹਰ ਧੀ ਪੜ੍ਹ ਸਕਦੀ ਆ, ਪੜ੍ਹੂਗੀ ਤਾਂ ਦੇਸ਼ ਵਧੂਗਾ ਅੱਗੇ। ਸੋ ਮੈਨੂੰ ਲੱਗਦਾ ਸਭ ਤੋਂ ਵੱਡੀ ਐਜੂਕੇਸ਼ਨ ਦੀ ਪ੍ਰੋਬਲਮ ਹੈਗੀ ਆ। ਫਿਰ ਇਕੁਐਲਿਟੀ ਓਬਵੀਅਸ ਜੀ ਗੱਲ ਆ, ਫਿਰ ਉਹ ਜਿਹੜੀ ਉਹਨੂੰ ਦੱਬ ਦਿੱਤਾ ਜਾਂਦਾ ਹੈ, ਜਿਹੜੀ ਜਾਗਰੂਕ ਹੋਊਗੀ ਉਹ ਆਪਣੇ ਬੱਚਿਆਂ ਨੂੰ ਵੀ ਵਧੀਆ ਜਾਗਰੂਕ ਕਰੂਗੀ, ਉਹ ਇੱਕ ਵਧੀਆ ਦੇਸ਼ ਦਾ ਨਿਰਮਾਣ ਕਰ ਸਕਦੀ ਆ। ਨੌਜਵਾਨਾਂ ਲਈ ਸਭ ਤੋਂ ਵੱਧ ਤੁਹਾਨੂੰ ਲੱਗਦਾ ਕਿਹੜੀ ਪੋਲੀਟੀਕਲ ਪਾਰਟੀ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ ਅਤੇ ਕੀ ਕੰਮ ਉਹਨਾਂ ਵੱਲੋਂ ਕੀਤੇ ਜਾ ਰਹੇ? ਦੇਖੋ ਮੈਂ ਖੁਦ ਨੌਜਵਾਨ ਹਾਂ ਅਤੇ ਮੈਂ ਕਾਂਗਰਸ ਨਾਲ ਜੁੜੀ ਹੋਈ ਹਾਂ, ਮੈਨੂੰ ਤਾਂ ਕਾਂਗਰਸ ਹੀ ਲੱਗਦੀ ਆ। ਕਾਂਗਰਸ ਦੇ ਵਿੱਚ ਇੱਕ ਇੰਟਰਨਲ ਡੈਮੋਕ੍ਰੇਸੀ ਆ, ਜਿਹੜੇ ਆਮ ਫੈਮਿਲੀਜ਼ ਦੇ ਵਿੱਚ ਸਾਡੇ ਕੋਲ ਇਗਜ਼ਾਮਪਲ ਵੀ ਆ, ਨਾਮ ਸੁਣਿਆ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ, ਉਹਨਾਂ ਦੀ ਵਾਈਫ ਸਿਮਰਤ ਖੰਗੂੜਾ, ਉਹ ਜਸਟ ਨੋਰਮਲ ਜੀ ਫੈਮਿਲੀ ਦੇ ਨੇ, ਬਾਈ ਕੋਲ ਸਿਰਫ 3 ਕਿੱਲੇ ਨੇ, ਬਟ ਉਹ ਜਨਰਲ ਸੈਕਟਰੀ ਨੇ ਯੂਥ ਕਾਂਗਰਸ ਦੇ। ਠੀਕ, ਫਿਰ ਅਮਰਪ੍ਰੀਤ ਲਾਲੀ ਪ੍ਰਧਾਨ ਆ, ਉਹ ਉਹਨਾਂ ਦੀ ਵੀ ਬੈਕਗਰਾਊਂਡ ਆ। ਵਰਿੰਦਰ ਢਿੱਲੋ ਬਾਈ ਜੀ ਨੇ ਸਾਡੇ ਲੋਕ ਸਭਾ ਦੇ ਅਨੰਦਪੁਰ ਸਾਹਿਬ ਦੇ ਪ੍ਰਧਾਨ ਨੇ, ਮੈਂ ਉਹ ਸਾਰੇ ਹੀ ਸਾਡੇ ਨਾਲ ਦੇ ਜਗਦੇਵ ਗੱਗ ਆ, ਬਹੁਤ ਸਾਰੀਆਂ ਐਗਜ਼ਾਮਪਲਸ ਪਈਆਂ ਨੇ ਜਿਹੜੇ ਇੱਕ ਨੋਰਮਲ ਫੈਮਿਲੀ ਨੂੰ ਬਿਲੋਂਗ ਕਰਨ ਵਾਲੇ ਜਿਹੜੇ ਪੰਜਾਬੀ ਨੌਜਵਾਨ ਨੇ ਉਹਨਾਂ ਨੂੰ ਲੀਡਰਸ਼ਿਪ ਦਾ ਮੌਕਾ ਦਿੱਤਾ ਜਾ ਰਿਹਾ ਯੂਥ ਕਾਂਗਰਸ ਵੱਲੋਂ। ਸੋ ਇੰਟਰਨ ਉਹ ਕਿਵੇਂ ਆਏ? ਇੰਟਰਨਲ ਇਲੈਕਸ਼ਨ ਦੇ ਥਰੂ, ਚਾਹੇ NSUI ਦੀ ਹੋਵੇ ਜਿਹੜਾ ਸਾਡਾ ਸਟੂਡੈਂਟ ਵਿੰਗ ਆ, ਜਾਂ ਯੂਥ ਕਾਂਗਰਸ ਹੋਵੇ, ਚਾਹੇ ਮਹਿਲਾ ਕਾਂਗਰਸ ਹੋਵੇ, ਇਹਦੇ ਵਿੱਚ ਜਿਹੜੇ ਨੌਜਵਾਨ ਆ ਜਿਹੜੇ ਆਮ ਫੈਮਿਲੀ ਨੂੰ ਬਿਲੋਂਗ ਕਰਦੇ ਆ, ਜਿਨ੍ਹਾਂ ਦੀ ਕੋਈ ਪੋਲੀਟੀਕਲ ਬੈਕਗਰਾਊਂਡ ਨਹੀਂ, ਕੋਈ ਫਾਈਨੈਂਸ਼ੀਅਲ ਬੈਕਗਰਾਊਂਡ ਨਹੀਂ ਗੀ, ਬਸ ਇਸ ਲਈ ਕਿ ਉਹਨਾਂ ਦੇ ਵਿੱਚ ਕੋਈ ਟੈਲੈਂਟ ਆ, ਕਿਉਂਕਿ ਉਹਨਾਂ ਦਾ ਲੋਕਾਂ 'ਚ ਹੋਲਡ ਆ, ਉਹ ਇਸ ਲਈ ਅੱਗੇ ਆ ਰਹੇ ਨੇ। ਸੋ ਇਸ ਲਈ ਮੈਨੂੰ ਲੱਗਦਾ ਕਿ ਇਹ ਲੋਕਾਂ ਦਾ ਯੂਥ ਪਾਵਰ ਆ ਨਾ ਜਿਹੜੀ, ਉਹ ਕਾਂਗਰਸ ਦੇ ਵਿੱਚ ਆ ਜਿਹੜੀ ਅਸਲ ਦੇ ਵਿੱਚ ਆ। ਆਮ ਆਦਮੀ ਪਾਰਟੀ ਵੱਲੋਂ ਕਿਹਾ ਜਾਂਦਾ ਕਿ ਉਹ ਯੂਥ ਨੂੰ ਆਪਣੇ ਨਾਲ ਲੈ ਕੇ ਚੱਲਦੇ, ਜਿਵੇਂ ਪਹਿਲਾਂ ਉਹਨਾਂ ਵੱਲੋਂ ਤੀ ਨਵਾਂ ਪੰਜਾਬ ਮਾਰਚ ਸ਼ੁਰੂ ਕੀਤਾ ਗਿਆ ਸੀ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਵਾਸਤੇ। ਉਸ ਤੋਂ ਬਾਅਦ ਜਿਹੜਾ ਉਹ ਮੈਨੀਫੈਸਟੋ ਵੀ ਬਣਾ ਰਿਹਾ, ਉਹਦੇ ਵਿੱਚ ਯੂਥ ਦਾ ਇੱਕ ਅਲੱਗ ਤੋਂ ਮੁੱਦਾ ਰੱਖਿਆ ਗਿਆ, ਯੂਥ ਦੇ ਨਾਲ ਮੁਲਾਕਾਤ ਕਰਕੇ ਮੈਨੀਫੈਸਟੋ ਦੇ ਵਿੱਚ ਵੀ ਯੂਥ ਦੀ ਇਨਵੋਲਵਮੈਂਟ ਹੈ। ਉਸੀ ਤਰ੍ਹਾਂ ਕਾਂਗਰਸ ਵੱਲੋਂ ਵੀ ਇਸੀ ਤਰਜ਼ 'ਤੇ ਕੁਛ ਕੀਤਾ ਗਿਆ? ਪਹਿਲਾਂ ਇਹ ਚੀਜ਼ ਕੈਪਟਨ ਅਮਰਿੰਦਰ ਸਾਹਿਬ ਨੇ ਸਟਾਰਟ ਕੀਤੀ ਸੀਗੀ, ਇਹ ਜਿਹੜੀ ਇਹਨਾਂ ਨੇ ਮਾਰਚ ਸਟਾਰਟ ਕੀਤੀ ਹੈ ਬਾਅਦ ਵਿੱਚ ਹੋਈ ਆ। ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਨੇ ਕਾਲਜਸ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ ਵਿਜ਼ਿਟ ਕਰਕੇ ਯੂਥ ਇੰਟਰੈਕਸ਼ਨ ਪ੍ਰੋਗਰਾਮ ਸਟਾਰਟ ਕੀਤੇ, ਜਿਨ੍ਹਾਂ ਦੇ ਥਰੂ ਅਸੀਂ ਵੀ ਇੰਟਰੈਕਟ ਕੀਤਾ। ਪੰਜਾਬ ਯੂਨੀਵਰਸਿਟੀ 'ਚ ਬਹੁਤ ਵੱਡੇ ਲੈਵਲ ਦੇ ਉੱਤੇ ਪ੍ਰੋਗਰਾਮ ਹੋਇਆ ਸੀ, ਹੁਣ ਪ੍ਰੋਗਰਾਮ ਚੱਲ ਰਹੇ ਆ ਕੈਪਟਨ ਕੌਫੀ ਵਿਦ ਕੈਪਟਨ, ਜਿਹਦੇ ਵਿੱਚ ਅਸੀਂ ਅਲੱਗ ਅਲੱਗ ਜਿਹੜੇ ਪੂਰੇ ਪੰਜਾਬ ਦੇ ਯੰਗਸਟਰ ਨੇ, ਨੋਰਮਲ ਸਟੂਡੈਂਟਸ ਨੇ, ਉਹ ਮਿਲਦੇ ਨੇ, ਆਪਣੇ ਪੁਆਇੰਟਸ ਦੱਸਦੇ ਨੇ, ਇਕੱਲੇ ਇਕੱਲੇ ਆਨਸਰਸ ਉਹਨਾਂ ਨੂੰ ਦਿੱਤੇ ਜਾਂਦੇ ਨੇ, ਅਤੇ ਉਹ ਚੀਜ਼ਾਂ ਉਹਨਾਂ ਤੋਂ ਫੀਡਬੈਕ ਲੈ ਕੇ ਮੈਨੀਫੈਸਟੋ 'ਚ ਐਡ ਕੀਤੀਆਂ ਜਾਂਦੀਆਂ ਨੇ। ਜਿਵੇਂ ਜਦੋਂ ਸਾਡੀ ਇੰਟਰੈਕਸ਼ਨ ਹੋਈ ਸੀ, ਮੈਂ ਐਜ਼ ਆ ਲੋਇਰ ਮਿਲੀ ਸੀਗੀ, ਅਤੇ ਜੋ ਯੰਗਸਟਰ ਆਪਣੀਆਂ ਪ੍ਰੋਬਲਮ ਫੇਸ ਕਰਦੇ, ਤਾਂ ਮੈਂ ਉਹਨਾਂ ਨੂੰ ਪ੍ਰੋਬਲਮ ਦੱਸੀ ਸੀਗੀ ਕਿ ਰਿਕਰੂਟਮੈਂਟ ਦੀ, ਕਿ ਜਿਹੜੀ ਕੋਈ ਵੀ ਕੰਪੀਟੀਟਿਵ ਇਗਜ਼ਾਮ ਹੁੰਦਾ ਆ, ਅਸੀਂ ਥਾਊਜ਼ੈਂਡਸ ਔਫ ਫੀਸ ਦਾ ਦਿੰਦੇ ਹਾਂ। UPSC ਦਾ ਆ, ਤੁਸੀਂ ਦੇ ਦਿਓ 100 ਰੁਪਇਆ ਹੁੰਦਾ ਸਭ ਦਾ, ਐਂਡ ਫੀਮੇਲ ਦੀ ਜਾਂ ਬਾਕੀਆਂ ਦੀ ਤਾਂ ਉਹ ਵੀ ਫ੍ਰੀ ਹੁੰਦੀ ਆ, ਜਿਹੜੀ ਰਿਕਰੂਟਮੈਂਟ ਫੀ ਹੁੰਦੀ ਆ ਕੰਪੀਟੀਟਿਵ ਇਗਜ਼ਾਮ ਦੀ, ਐਂਡ ਪੰਜਾਬ ਦੀ 1000 ਫੀਸ ਆ, ਉਹ ਪੇਪਰ ਫਿਰ ਵੀ ਕੈਂਸਲ ਹੋ ਜਾਂਦੇ। ਅਸੀਂ ਉਹ ਵਾਲੀ ਪ੍ਰੋਬਲਮ ਦੱਸੀ ਸੀਗੀ ਜਾਂ ਫੀਮੇਲ ਐਜੂਕੇਸ਼ਨ ਦੀ ਦੱਸੀ ਸੀਗੀ, ਤਾਂ ਉਹਨਾਂ ਨੇ ਉਸ ਚੀਜ਼ ਨੂੰ ਮੈਨੀਫੈਸਟੋ 'ਚ ਐਡ ਕੀਤਾ, ਅਤੇ ਉਹਨਾਂ ਨੇ ਉਸੇ ਟਾਈਮ ਐਲਾਨ ਕੀਤਾ ਸੀਗਾ ਕਿ ਜਦੋਂ ਮੈਂ ਪਾਵਰ 'ਚ ਆਊਂਗਾ ਤਾਂ ਇਹ ਜਿਹੜੀ ਰਿਕਰੂਟਮੈਂਟ ਫੀ ਨਾਂ 'ਤੇ ਜਿਹੜੇ ਪੈਸੇ ਲਏ ਜਾਂਦੇ ਆ ਉਹ ਬਿਲਕੁਲ 0% ਕਰ ਦਿੱਤੇ ਜਾਣਗੇ। ਕਾਂਗਰਸ 'ਤੇ ਅਕਸਰ ਇਲਜ਼ਾਮ ਲੱਗਦਾ ਆ ਰਿਹਾ ਕਿ ਐਮਰਜੈਂਸੀ ਦਾ ਜਿਹੜਾ ਦੌਰ ਸੀਗਾ ਉਹਨੇ ਕਾਂਗਰਸ ਐਜ਼ ਅ ਪਾਰਟੀ ਨੇ ਠੀਕ ਤਰ੍ਹਾਂ ਉਸ ਸਿਚੁਏਸ਼ਨ ਨੂੰ ਸੰਭਾਲਿਆ ਨਹੀਂ, ਤੁਹਾਡਾ ਇਸ ਬਾਰੇ ਕੀ ਕਹਿਣਾ? ਤੁਸੀਂ ਫਿਰ ਵੀ ਇਸ ਪਾਰਟੀ ਦੇ ਨਾਲ ਜੁੜੇ ਹੋ। ਮੈਮ, ਮੈਂ ਤੁਹਾਨੂੰ ਗੱਲ ਦੱਸ ਦੇਣਾ ਚਾਹੂੰਗੀ ਕਿ ਉਹ ਜਿਹੜਾ ਟਾਈਮ ਸੀਗਾ ਉਸ ਟਾਈਮ ਦੇ ਵਿੱਚ ਜਿੰਨਾ ਮੇਰੇ ਬਚਪਨ ਨੇ ਸਫ਼ਰ ਕੀਤਾ ਜਾਂ ਮੇਰੀ ਫੈਮਿਲੀ ਨੇ ਸਫ਼ਰ ਕੀਤਾ, ਉਹਨਾਂ ਸ਼ਾਇਦ ਮਤਲਬ ਬਹੁਤ ਘੱਟ ਲੋਕਾਂ ਨੇ ਫੇਸ ਕੀਤਾ ਹੋਊਗਾ। ਆਈ ਲੋਸਟ ਮਾਈ ਫਾਦਰ ਦੈਟ ਟਾਈਮ, ਠੀਕ ਹੈ, ਸਟਿਲ ਆਈ ਐਮ ਵਿਦ ਕਾਂਗਰਸ ਬਿਕੋਜ਼ ਕਾਂਗਰਸ ਇਜ਼ ਅ ਸੈਕੂਲਰ ਪਾਰਟੀ। ਅਸੀਂ ਧਰਮ ਦੇ ਨਾਂ 'ਤੇ ਲੋਕਾਂ ਨੂੰ ਜਿੰਨੀ ਦੇਰ ਵੰਡੀ ਜਾਵਾਂਗੇ ਲੋਕ ਵੰਡਦੇ ਰਹਿਣਗੇ। ਜਿਹੜਾ ਸਾਡਾ ਰਿਲੀਜ਼ਨ ਆ ਉਹ ਸਾਡਾ ਸੈਪਰੇਟ ਆ, ਉਹ ਸਾਡਾ ਪਰਸਨਲ ਇਸ਼ੂ ਹੋਣਾ ਚਾਹੀਦਾ। ਐਂਡ ਜੇ ਆਪਾਂ 84 ਦੇ ਟਾਈਮ ਨੂੰ ਲਈਏ, ਜੋ ਵੀ ਸੀਗਾ ਅਟੈਕ ਆ, ਬਹੁਤ ਮਾੜੀ ਗੱਲ ਆ, ਪਰ
ਹੁਣ ਤਾਂ ਸੱਚ ਸਭ ਦੇ ਸਾਹਮਣੇ ਆ ਚੁੱਕਿਆ ਕਿ ਉਸ ਦੇ ਵਿੱਚ ਬਾਦਲਾਂ ਦੀ ਵੀ ਓਨੀ ਹੀ ਇਨਵੋਲਵਮੈਂਟ ਸੀ, ਬੀ ਜੇ ਪੀ ਨੇ ਵੀ ਓਨਾ ਹੀ, ਮਤਲਬ ਅਡਵਾਨੀ ਐਂਡ ਅਟਲ ਬਿਹਾਰੀ ਵਾਜਪੇਈ ਨੇ ਓਨਾ ਹੀ ਮਤਲਬ ਉਤਸ਼ਾਹ ਦਿੱਤਾ ਸੀਗਾ ਇੰਦਰਾ ਗਾਂਧੀ ਨੂੰ ਅਟੈਕ ਦੇ ਲਈ ਜਿੰਨਾ ਕਿ ਉਹਨਾਂ ਦਾ ਐਜ਼ ਆ। ਬਸ ਗੱਲ ਇਹ ਆ ਕਿ ਮਾੜਾ ਜਿਹੜਾ ਇਲਜ਼ਾਮ ਲੱਗਦਾ ਉਹਦਾ ਰੀਜ਼ਨ ਇਹ ਆ ਕਿ ਪੀ ਐੱਮ ਉਸ ਟਾਈਮ ਇੰਦਰਾ ਗਾਂਧੀ ਸੀ, ਉਹ ਕਾਂਗਰਸ ਦੇ ਸੀ, ਬਟ ਹਰ ਪਾਰਟੀ ਉਸ ਵਿੱਚ ਓਨੀ ਹੀ ਜ਼ਿੰਮੇਵਾਰ ਆ। ਬਾਕੀ ਰਹੀ ਗੱਲ ਮੈਮ ਜਿਹੜੀ ਚੀਜ਼ ਨੂੰ ਆਪਾਂ ਸਾਰੇ ਭੁੱਲ ਜਾਂਦੇ ਹਾਂ ਕਿ ਜਦੋਂ ਆਪਰੇਸ਼ਨ ਬਲੂ ਸਟਾਰ ਹੁੰਦਾ ਉਹਦੀ ਕਮਾਂਡ ਜਨਰਲ ਬਰਾੜ ਦੇ ਹੱਥ ਸੀ, ਉਹ ਇੱਕ ਸਿੱਖ ਸੀ, ਐਂਡ ਪੀ ਐੱਮ ਨੇ ਆਰਡਰ ਦਿੱਤਾ ਆ, ਪਰ ਉਸ ਆਰਡਰ ਨੂੰ ਇੰਪਲੀਮੈਂਟ ਕਿੱਦਾਂ ਕਰਨਾ ਉਹ ਤਾਂ ਜਨਰਲ ਨੇ ਦੇਖਣਾ ਸੀ ਨਾ। ਐਂਡ ਜਿੰਨਾ ਉੱਥੇ ਮਨੁੱਖਤਾ ਦਾ ਘਾਣ ਹੋਇਆ ਜਾਂ ਆਮ ਲੋਕ ਮਾਰੇ ਗਏ ਉਹਦੇ ਵਿੱਚ ਜਨਰਲ ਬਰਾੜ ਜ਼ਿਆਦਾ ਰਿਸਪੋਂਸੀਬਲ ਆ ਰੈਦਰ ਦੈਨ ਕੋਈ ਵੀ ਪੋਲੀਟੀਕਲ ਪਾਰਟੀ। ਸਿੱਖ ਭਾਈਚਾਰੇ ਵੱਲੋਂ ਕਿਤੇ ਨਾ ਕਿਤੇ ਕੁਛ ਲੋਕਾਂ ਵੱਲੋਂ ਕਿਹਾ ਜਾਂਦਾ ਕਿ ਉਹਨਾਂ ਨਾਲ ਧੱਕਾ ਹੋ ਰਿਹਾ, ਜਾਂ ਫਿਰ ਤੁਸੀਂ ਜਿਵੇਂ ਕਹਿ ਰਹੇ ਹੋ ਖਾਲਿਸਤਾਨ ਦੀ ਮੰਗ ਕੀਤੀ ਜਾ ਰਹੀ ਹੈ, ਤੁਹਾਨੂੰ ਕੀ ਲੱਗਦਾ ਇਸ ਚੀਜ਼ ਦੀ ਜ਼ਰੂਰਤ ਨਹੀਂ ਹੈ? ਮੈਮ ਨਹੀਂ, ਖਾਲਿਸਤਾਨ ਦੀ ਨਾ ਤਾਂ ਜ਼ਰੂਰਤ ਹੈ ਬਲਕਿ ਡਿਮਾਂਡ ਮੁੱਢੋਂ ਹੀ ਮਤਲਬ ਗਲਤ ਆ। ਜੇ ਮੰਨ ਲਓ ਖਾਲਿਸਤਾਨ ਬਣ ਵੀ ਜਾਂਦਾ, ਇੱਕ ਬਫਰ ਸਟੇਟ ਬਣ ਕੇ ਰਹਿ ਜੂਗੀ ਪਾਕਿਸਤਾਨ ਅਤੇ ਇੰਡੀਆ ਦੇ ਵਿਚਾਲੇ, ਜਿਹੜੀ ਕਿ ਨਾ ਉਹਦੇ ਕੋਲ ਆਪਣੀ ਕੋਈ ਨੇਵੀ ਹੋਊਗੀ, ਨਾ ਕੋਈ ਉਹਦਾ ਆਪਣਾ ਕੋਈ ਕੰਸਟੀਟਿਊਸ਼ਨ ਹੋਊਗਾ, ਮਤਲਬ ਕੁਛ ਵੀ ਨਹੀਂ ਹੋਊਗਾ। ਜਿਹੜੇ ਸਿੱਖ ਰਾਜ ਦੀ ਗੱਲ ਕਰਦੇ ਆ, ਜੇ ਜਿਹੜੇ ਸਿੱਖ ਹੁੰਦੇ ਆ ਨਾ ਅਸਲ ਦੇ ਵਿੱਚ ਜਿਹੜੇ ਗੁਰੂ ਗੋਬਿੰਦ ਦੇ ਸਿੱਖ ਆ, ਉਹਨਾਂ ਨੂੰ ਕਿਸੇ ਪੋਲੀਟੀਕਲ ਜਾਂ ਉਹਨਾਂ ਨੂੰ ਜੋਗ੍ਰਾਫੀਕਲ ਬਾਉਂਡਰੀ ਦੀ ਲੋੜ ਨਹੀਂ, ਉਹ ਆਪਣੇ ਅੰਦਰ ਹੀ ਇੱਕ ਰਾਜਾ ਆ। ਕਿਉਂ? ਕਿਉਂਕਿ ਉਹਨਾਂ ਦੇ ਅੰਦਰ ਉਹ ਸਪਿਰਿਟ ਹੁੰਦੀ ਆ ਲੋਕਾਂ ਦਾ ਭਲਾ ਕਰਨ ਦੀ। ਆਪਾਂ ਸੁਣਿਆ, ਸਾਰੇ ਸੁਣਦੇ ਆ ਸਿੱਖਾਂ ਦੇ 12 ਵੱਜ ਗਏ, ਉਹ ਸਿੱਖ ਹੁੰਦੇ ਸੀਗੇ ਜਿਹੜੇ ਖਾਲਸ ਹੁੰਦੇ ਸੀ, ਜਿਹੜੇ ਪਿਓਰ ਹੁੰਦੇ ਸੀਗੇ, ਜਿਹੜੇ ਧਰਮ ਦੇ ਨਾਂ 'ਤੇ ਲੜਦੇ ਨਹੀਂ ਸੀਗੇ। ਕਿਸੇ ਵੀ ਧਰਮ ਦੇ ਬੰਦੇ ਨੂੰ ਲੋੜ ਪੈਂਦੀ ਸੀਗੀ ਗੱਲ, ਉਹ ਉਹਦੇ ਅੰਦਰ ਇਨਸਾਨ ਦੇਖਦੇ ਸੀ ਅਤੇ ਉਹਦੀ ਮਦਦ ਕਰਦੇ ਸੀਗੇ। ਐਂਡ ਉਹਨਾਂ ਨੂੰ ਆ ਬਾਉਂਡਰੀ ਦੀ ਲੋੜ ਨਹੀਂ, ਖਾਲਿਸਤਾਨ ਨੂੰ ਕਿਸੇ ਜੋਗ੍ਰਾਫੀਕਲ ਕੰਟਰੀ ਦੀ ਲੋੜ ਨਹੀਂ ਗੀ। ਇਹ ਟਰਮ ਦਾ ਹੀ ਗਲਤ ਯੂਜ਼ ਕੀਤਾ ਜਾ ਰਿਹਾ। ਐਂਡ ਖਾਲਿਸਤਾਨ ਦੀ ਡਿਮਾਂਡ ਦਾ ਸਭ ਤੋਂ ਜ਼ਿਆਦਾ ਜਿਹੜਾ ਇਹ ਯੂਥ ਨੂੰ ਭੜਕਾ ਰਿਹਾ ਇਹ NRI ਭਾਈਚਾਰਾ ਆ। ਮੈਂ ਕੈਨੇਡਾ ਸੀ, ਮੈਂ ਉੱਥੇ ਦੇਖਿਆ ਕਿ ਕਿੱਦਾਂ ਗੁਰਦੁਆਰਾ ਸਾਹਿਬ ਦੇ 2020 ਰੈਫਰੈਂਡਮ ਭਿੰਡਰਾਂਵਾਲੇ ਦੀ ਫੋਟੋਜ਼ ਲੱਗੀਆਂ ਹੋਈਆਂ ਨੇ, ਮਤਲਬ ਲੋਕਾਂ ਨੂੰ NRI ਉੱਥੇ ਬੈਠੇ ਖਾਲਿਸਤਾਨ ਦੇ ਮੂਵਮੈਂਟ ਨੂੰ, ਜਿਹੜੇ ਇੱਥੇ ਦੇ ਯੰਗਸਟਰ ਆ ਉਹਨਾਂ ਦੇ ਇਮੋਸ਼ਨ ਨੂੰ ਹਰਟ ਕਰੀ ਜਾਂਦੇ ਨੇ, ਉਹਨਾਂ ਨੂੰ ਉਹਨਾਂ ਜ਼ਖਮਾਂ ਨੂੰ ਤਾਜ਼ਾ ਕਰਕੇ ਭੜਕਾਈ ਜਾਂਦੇ ਨੇ। ਪਰ ਉਹ ਇਹ ਨਹੀਂ ਸੋਚਦੇ ਹੈਗੇ ਕਿ ਤੁਸੀਂ ਤਾਂ ਬਾਹਰ ਬੈਠੇ ਹੋ, ਤੁਹਾਡਾ ਕਿਸੇ ਦਾ ਨੁਕਸਾਨ ਹੋਣਾ? ਜਿਹੜੇ ਪੰਜਾਬੀ ਨੇ ਜਿਹੜੇ ਇੱਥੇ ਬੈਠੇ ਨੇ, ਮਰਨਾ ਤਾਂ ਉਹਨਾਂ ਨੇ ਆ। ਜੇ ਅੱਜ ਵੀ ਅਸੀਂ ਧਰਮਾਂ ਦੇ ਨਾਂ 'ਤੇ ਲੜੀ ਗਏ, ਧਰਮ ਸਾਨੂੰ ਕੀ ਸਿਖਾਉਂਦਾ? ਵੇ ਆਫ ਲਿਵਿੰਗ। ਧਰਮ ਸਾਨੂੰ ਲੜਨਾ ਨਹੀਂ ਸਿਖਾਉਂਦਾ। ਗੁਰੂ ਸਾਹਿਬ ਨੇ ਜਦੋਂ 2 ਤਲਵਾਰਾਂ ਹਰਗੋਬਿੰਦ ਸਾਹਿਬ ਜੀ ਨੇ ਪਾਈਆਂ ਮੀਰੀ ਅਤੇ ਪੀਰੀ, ਉਹਨਾਂ ਨੇ ਰੱਖਿਆ ਲਈ ਪਾਈਆਂ ਸੀ, ਉਹਨਾਂ ਨੇ ਕਿਸੇ ਦਾ ਗਲਾ ਵੱਢਣ ਲਈ ਨਹੀਂ ਪਾਈਆਂ ਸੀ। ਪਰ ਅਸੀਂ ਉਸ ਚੀਜ਼ ਦਾ ਹੀ ਮਤਲਬ ਉਹ ਜੋ ਸਿੱਖੀ ਸਿਧਾਂਤ ਨੇ ਉਹਨਾਂ ਚੀਜ਼ਾਂ ਨਹੀਂ ਭੁੱਲ ਗਏ ਹਾਂ। ਉਹ ਖਾਲਿਸਤਾਨ ਜਾਂ ਖਾਲਸ, ਖਾਲਸਾ ਕੀ ਹੁੰਦਾ? ਇਜ਼ ਅ ਪਿਓਰ, ਮੀਨਸ ਪਿਓਰ ਬਾਏ ਹਰਟ, ਜੋ ਇੱਕ ਚੰਗਾ ਹਿਊਮਨ ਬੀਂਗ ਆ, ਜੋ ਕਿਸੇ ਬਾਰੇ ਸੋਚ ਸਕਦਾ, ਜੋ ਖਾਲਸ ਆ, ਜੋ ਪਿਓਰ ਆ, ਜਿਹਦੀ ਨੀਤ ਦੇ ਵਿੱਚ ਬਦਨੀਤੀ ਨਹੀਂ ਗੀ, ਜਿਹੜਾ ਮਨੁੱਖਤਾ ਦਾ ਘਾਣ ਕਰਨ ਨੂੰ ਨਹੀਂ ਸੋਚਦਾ, ਮਨੁੱਖਤਾ ਨੂੰ ਬਚਾਉਣ ਦੀ ਸੋਚਦਾ। ਡਬਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਅਸੀਂ ਤਾਂ ਸਭ ਇੱਕ ਇਨਸਾਨ ਹਾਂ। ਗੁਰੂ ਨਾਨਕ ਦੇਵ ਜੀ ਨੇ ਖੁਦ ਬੋਲਿਆ ਕਿ ਵੀ ਆਰ ਹਿਊਮਨ ਬੀਂਗ, ਉਹ ਪਹਿਲਾਂ ਇਨਸਾਨ ਬਣੋ, ਬਾਅਦ 'ਚ ਖਾਲਸ ਬਣਿਓ। ਸੋ ਜਿਹੜੀਆਂ ਇਹ ਗੱਲਾਂ ਕਰਦੇ ਆ, ਮੈਂ ਇਹਨਾਂ ਚੀਜ਼ਾਂ ਨਾਲ ਸਹਿਮਤ ਨਹੀਂ ਗੀ। ਅਤੇ ਸਿਆਸਤ ਵਿੱਚ ਕਿਹੜੀ ਇੱਕ ਐਸੀ ਸ਼ਖਸੀਅਤ ਹੈ ਜਿਹੜੀ ਤੁਹਾਨੂੰ ਬੜੀ ਪ੍ਰਭਾਵਿਤ ਕਰਦੀ ਹੈ? ਮੈਮ ਜੇ ਆਪਾਂ ਪੰਜਾਬ ਦੀ ਸਿਆਸਤ ਦੇ ਵਿੱਚ ਦੇਖੀਏ ਤਾਂ ਓਬਵੀਅਸ ਆ, ਮੈਂ ਬਹੁਤ ਇੰਸਪਾਇਰ ਹਾਂ ਕੈਪਟਨ ਅਮਰਿੰਦਰ ਜੀ ਤੋਂ। ਉਹਨਾਂ ਨੂੰ ਪਰਸਨਲੀ ਮਿਲ ਕੇ ਵੀ ਮਤਲਬ ਬਹੁਤ ਹੀ ਕਾਮ ਐਂਡ ਬਹੁਤ ਹੀ ਇੰਟੈਲੀਜੈਂਟ ਪਰਸਨੈਲਿਟੀ ਆ, ਹੌਸਲਾ ਵੀ ਆ ਉਹ, ਮਤਲਬ ਇੱਕ ਕਹਿੰਦੇ ਆ ਜੀ ਜਿਹੜੀ ਮਾਰਸ਼ਲ ਰੇਸ ਹੁੰਦੀ ਆ ਉਹ ਚੀਜ਼ ਵੀ ਦੇਖਦੀ ਆ, ਜੁਝਾਰੂਪਨ ਵੀ ਹੈਗਾ ਆ। ਇਸ ਲਈ ਮੈਂ ਆਈ ਵਾਜ਼ ਨੋਟ ਪਾਰਟ ਆਫ ਕਾਂਗਰਸ, ਮੈਂ ਸਿਰਫ 2-4 ਮਹੀਨਿਆਂ ਤੋਂ ਹੀ ਕਾਂਗਰਸ ਨਾਲ ਜੁੜੀ ਹਾਂ। ਜਦੋਂ ਏਅਰਪੋਰਟ ਲਈ ਉਹ ਕੀਤਾ ਸੀਗਾ ਤਾਂ ਉਹਨਾਂ ਨੇ ਮੈਨੂੰ ਬਹੁਤ ਉਹ ਕੀਤਾ, ਇੰਸਪਾਇਰ ਕੀਤਾ ਅਤੇ ਇਨਕਰੇਜ ਕੀਤਾ, ਹੋਰਾਂ ਨੂੰ ਵੀ ਇਨਕਰੇਜ ਕਰਦੇ ਆ। ਉਹਨਾਂ ਦੇ ਵਿੱਚ ਉਹ ਬਹੁਤ ਹੀ ਡਾਊਨ ਟੂ ਅਰਥ ਪਰਸਨੈਲਿਟੀ ਐਂਡ ਪੰਜਾਬ ਨੂੰ ਇੱਕ ਸਟਰੋਂਗ ਲੀਡਰ ਦੀ ਲੋੜ ਆ ਅਤੇ ਮੈਨੂੰ ਉਹਨਾਂ ਦੇ ਵਿੱਚ ਦਿਖਦਾ ਹੈ ਅਤੇ ਮੈਂ ਉਹਨਾਂ ਤੋਂ ਬਹੁਤ ਇੰਪ੍ਰੈਸ ਹਾਂ ਅਤੇ ਆਈਡਲ ਕਹਿ ਲਓ।
ਪੋਲੀਟੀਕਲੀ ਆਈਡਲ ਨੇ। ਤੋ ਇਹ ਜਿਹੜੇ ਤੁਸੀਂ ਮਾਰਚ ਦੀ ਗੱਲ ਕਰ ਰਹੇ ਸੀ, ਜਿਹੜੇ ਭਗਤ ਸਿੰਘ ਵਾਲਾ ਮਾਰਚ ਤੁਸੀਂ ਤੁਹਾਡੇ ਵੱਲੋਂ ਕੱਢਿਆ ਗਿਆ ਸੀ, ਮੈਂ ਇਹ ਵੀ ਸੁਣਿਆ ਵੀ ਤੁਸੀਂ ਉਹਦੇ ਵਿੱਚ ਇਕੱਲੀ ਮਹਿਲਾ ਸੀ ਜਿਹੜੇ 5 ਦਿਨ ਲਗਾਤਾਰ ਜਿਹੜੇ ਗਈ ਸੀ, ਉਸ ਬਾਰੇ ਕੁਛ ਸਾਨੂੰ ਦੱਸੋ। ਹਾਂਜੀ ਮੈਮ, ਮਤਲਬ ਉਸ ਸਮੇਂ ਜਦੋਂ ਮੈਂ ਉਹ ਮਾਰਚ ਜੁਆਇਨ ਕੀਤਾ ਸੀਗਾ, ਮੈਂ ਯੂਥ ਕਾਂਗਰਸ ਦਾ ਨਾ ਤਾਂ ਮੈਂ ਕਦੇ ਪਾਰਟ ਸੀਗੀ, ਨਾ ਮੈਂ ਕਾਂਗਰਸੀ ਸੀ, ਮੈਂ ਸਿਰਫ ਮੈਂ ਭਗਤ ਸਿੰਘ ਦੀ ਬਹੁਤ ਵੱਡੀ ਮਤਲਬ ਫੈਨ ਆ ਸ਼ੁਰੂ ਤੋਂ ਹੀ। ਅਤੇ ਜਦੋਂ ਏਅਰਪੋਰਟ ਦੇ ਨਾਮ ਦੀ ਚੱਲਿਆ ਸੀਗਾ ਤਾਂ ਮੈਨੂੰ ਸਾਡੇ ਵਰਿੰਦਰ ਢਿੱਲੋਂ ਨੇ ਬਾਈ ਜੀ, ਉਹਨਾਂ ਨੇ ਮੈਨੂੰ ਭੇਜਿਆ ਸੀਗਾ ਕਿ ਤੂੰ ਇਹਨੂੰ ਸ਼ੇਅਰ ਕਰ ਦੇ ਫੇਸਬੁੱਕ 'ਤੇ। ਮੈਂ ਸ਼ੇਅਰ ਕੀਤਾ ਐਂਡ ਮੇਰੀ ਆਈ ਡੀ ਤੋਂ 28,000 ਲਾਈਕ ਆ ਰਹੇ ਆ, ਲੋਕਾਂ ਦੇ ਕਮੈਂਟਸ ਆ ਰਹੇ ਆ ਕਿ ਯੈਸ ਭਗਤ ਸਿੰਘ ਦੇ ਨਾਂ 'ਤੇ ਹੋਣਾ ਚਾਹੀਦਾ। ਮੈਨੂੰ ਵੀ ਬਹੁਤ ਹੋਇਆ ਕਿ ਨਹੀਂ ਮੈਂ ਜਾਣਾ ਆ, ਆਲਦੋ ਮੇਰੀ ਆਈਡੀਓਲੋਜੀ ਆ ਜਿਹੜੀ ਮੈਂ ਮਤਲਬ ਮੈਂ ਵੈਲਫੇਅਰ ਸਟੇਟ ਨੂੰ ਪ੍ਰੈਫਰੈਂਸ ਦਿੰਦੀ ਹਾਂ ਰੈਦਰ ਦੈਨ ਕਮਿਊਨਿਸਟ ਜਾਂ ਕਾਮਰੇਡ ਸੋਸ਼ਲਿਸਟਿਕ ਪੈਟਰਨ ਆਫ ਸੋਸਾਇਟੀ ਨੂੰ, ਪਰ ਕਿਉਂਕਿ ਉਹ ਸਾਡੇ ਦੇਸ਼ ਦੇ ਸ਼ਹੀਦ ਹੋਏ ਆ, ਇੱਕ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਭਗਤ ਸਿੰਘ ਦੇ ਨਾਮ 'ਤੇ ਹੋਊਗਾ ਤਾਂ ਕੋਈ ਫੋਰਨ ਜਦੋਂ ਟੂਰਿਸਟ ਇੰਡੀਆ 'ਚ ਆਊਗਾ ਦੇਖੂਗਾ ਕਿ ਅੱਛਾ ਏਅਰਪੋਰਟ ਦਾ ਨਾਮ ਭਗਤ ਸਿੰਘ ਆ, ਭਗਤ ਸਿੰਘ ਕੌਣ ਆ, ਸਰਚ ਕਰੋ ਉਹਨਾਂ ਦੀ, ਸਾਡੀ ਉਹਨਾਂ ਨੂੰ ਹਿਸਟਰੀ ਪਤਾ ਚੱਲੂਗੀ। ਤਾਂ ਮੇਰਾ ਰੀਜ਼ਨ ਸੀਗਾ ਕਿ ਯੈਸ ਮੈਂ ਇਹ ਜੁਆਇਨ ਕਰਨਾ ਆ ਤਾਂ ਕਿ ਉਹਦੇ ਨਾਂ 'ਤੇ ਬਣੇ, ਐਂਡ ਅੱਜ ਉਹ ਬਣਿਆ, ਮੈਨੂੰ ਬਹੁਤ ਖੁਸ਼ੀ ਆ। ਅਤੇ ਤੁਸੀਂ ਸੋਸ਼ਲ ਵਰਕਰ ਵੀ ਹੋ, ਐਜ਼ ਅ ਸੋਸ਼ਲ ਵਰਕਰ ਤੁਹਾਡੇ ਕੋਲੋਂ ਤੁਹਾਡੇ ਵੱਲੋਂ ਕਿਹੜੇ ਕਿਹੜੇ ਉਪਰਾਲੇ ਚੁੱਕੇ ਗਏ ਨੇ ਅਤੇ ਉਹਨਾਂ ਦਾ ਕਿੰਨਾ ਕੁ ਅਸਰ ਤੁਹਾਨੂੰ ਦੇਖਣ ਨੂੰ ਮਿਲਿਆ? ਮੈਮ ਹਜੇ ਤਾਂ ਕਿਉਂਕਿ ਸਟਾਰਟ ਹੀ ਆ, ਹਜੇ ਪੂਰੀ ਤਰ੍ਹਾਂ ਰਿਜ਼ਲਟ ਤਾਂ ਨਹੀਂ ਆਏ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ, ਅਸੀਂ ਮੈਮ ਸੁਨੀਤਾ ਧਾਰੀਵਾਲ ਜੀ ਨੇ, ਮੈਂ ਜਿਹੜੇ ਅੰਕਿਤ ਮੈਮੋਰੀਅਲ ਟਰੱਸਟ ਦੇ ਟਰੱਸਟੀ ਨੇ ਅਤੇ ਉਹਨਾਂ ਨਾਲ ਮਿਲ ਕੇ ਮੈਮ ਨੇ ਇੱਕ ਚੈਨਲ ਸਟਾਰਟ ਕੀਤਾ ਔਨਲਾਈਨ, ਵਿਮੈਨ ਟੀ ਵੀ ਇੰਡੀਆ, ਦੈਟ ਇਜ਼ ਦੀ ਫਸਟ ਚੈਨਲ ਆਫ ਇੰਡੀਆ ਔਨਲਾਈਨ ਚੈਨਲ ਜਿਹੜਾ ਫੋਰ ਦੀ ਵਿਮੈਨ ਵਾਈ ਦੀ ਵਿਮੈਨ ਆ, ਜਿਹਦੇ ਵਿੱਚ ਅਸੀਂ ਵਿਮੈਨ ਇੰਪਾਵਰਮੈਂਟ ਦੇ ਇਸ਼ੂ ਨੂੰ ਲੈਂਦੇ ਹਾਂ। ਮੈਂ ਉਹਦੀ ਨੌਰਥ ਇੰਡੀਆ ਦੀ ਕੋਆਰਡੀਨੇਟਰ ਹਾਂ, ਮੈਮ ਨੇ ਮੈਨੂੰ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ, ਜਿਹਦੇ ਥਰੂ ਅਸੀਂ ਫੀਮੇਲ ਇਸ਼ੂਜ਼ ਨੂੰ ਰੇਸ ਕਰਦੇ ਹਾਂ, ਡਾਕੂਮੈਂਟਰੀਜ਼ ਬਣਾਉਂਦੇ ਹਾਂ ਅਤੇ ਉਹਨਾਂ ਦੀ ਪ੍ਰੋਬਲਮਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਉਹਨਾਂ ਨੂੰ ਮਤਲਬ ਮਿਲਦੇ ਹਾਂ। ਅਤੇ ਜੇ ਉਹਨਾਂ ਦੀਆਂ ਕੋਈ ਪ੍ਰੋਬਲਮਸ ਨੇ, ਕਿਉਂਕਿ ਮੈਂ ਉਹਦੀ ਲੀਗਲ ਐਡਵਾਈਜ਼ਰ ਵੀ ਹਾਂ, ਅਤੇ ਉਹਨਾਂ ਨੂੰ ਫ੍ਰੀ ਲੀਗਲ ਏਡ ਵੀ ਪ੍ਰੋਵਾਈਡ ਕਰਦੇ ਹਾਂ। ਵੋਟਿੰਗ ਦੀ ਏਜ ਜਿਹੜੀ ਹੈਗੀ ਹੈ ਇੰਡੀਆ ਦੇ ਵਿੱਚ ਉਹ 18 ਸਾਲ ਦੀ ਹੈ, ਤੁਹਾਨੂੰ ਕੀ ਲੱਗਦਾ ਕਿ ਇਸ ਉਮਰ ਦੇ ਵਿੱਚ ਇੱਕ ਇਨਸਾਨ ਨੂੰ ਇੰਨੀ ਕੁ ਮੈਚੋਰਿਟੀ ਆ ਜਾਂਦੀ ਹੈ, ਇੰਨੀ ਕੁ ਸਮਝਦਾਰੀ ਆ ਜਾਂਦੀ ਹੈ ਕਿ ਉਹ ਆਪਣਾ ਇੱਕ ਲੀਡਰ ਨੇਤਾ ਚੁਣ ਸਕਦਾ? ਮੈਮ ਬਿਲਕੁਲ, ਅੱਜ ਦਾ ਜਿਹੜਾ ਠੀਕ ਹੈ, ਪੁਰਾਣੇ ਟਾਈਮ 'ਚ ਸ਼ਾਇਦ ਆਪਾਂ ਕਹਿ ਦਿੰਦੇ ਕਿ ਇੰਨੇ ਮੈਚਿਓਰ ਨਹੀਂ ਹੁੰਦੇ, ਅੱਜ ਦੇ ਟਾਈਮ ਤਾਂ ਆਪਣੀ ਐਜੂਕੇਸ਼ਨ ਵੀ ਬਹੁਤ ਵਧੀਆ ਹੋ ਗਈ ਆ ਸਕੂਲ ਲੈਵਲ ਤੋਂ। ਬਾਕੀ ਆਈ ਟੀ ਐਕਟ ਦੇ ਆਉਣ ਤੋਂ ਬਾਅਦ ਜਾਂ ਇਨਫੋਰਮੇਸ਼ਨ ਟੈਕਨੋਲੋਜੀ ਦੇ ਆਉਣ ਤੋਂ ਬਾਅਦ ਅੱਜ ਕੱਲ੍ਹ ਤਾਂ ਛੋਟੇ ਛੋਟੇ ਬੱਚਿਆਂ ਨੂੰ ਇੰਟਰਨੈਟ ਦੇ ਥਰੂ ਹਰ ਚੀਜ਼ ਦਾ ਪਤਾ ਲੱਗ ਜਾਂਦਾ, ਆਪਣਾ ਲੀਡਰ ਕੀ ਉਹਨਾਂ ਨੂੰ ਵਰਲਡ ਲੀਡਰ ਵੀ ਪਤਾ ਹੁੰਦੇ ਆ ਕਿ ਕਿਹੜੇ ਕਿਹੜੇ ਵਧੀਆ ਨੇ। ਸੋ ਆਈ ਥਿੰਕ 18 ਤਾਂ ਕੀ ਭਾਵੇਂ 16 ਹੁੰਦੀ ਤਾਂ ਵੀ ਉਹਨਾਂ ਨੇ ਚੁਣ ਲੈਣਾ ਸੀਗਾ। ਸੋ ਮੈਨੂੰ ਮੇਰੀ ਇਹ ਬਾਕੀ ਇਹ ਡਿਬੇਟੇਬਲ ਇਸ਼ੂ ਆ। ਸੋ ਬਹੁਤ ਸਾਰੇ ਰੀਜ਼ਨਸ ਹੁੰਦੇ ਆ, ਦੇਖਣਾ ਪੈਂਦਾ ਕਿ ਹਾਂ ਕਈ ਕਈਆਂ ਨੂੰ ਤਾਂ 20-25 ਸਾਲ ਤੱਕ ਨਹੀਂ ਮੈਚੋਰਿਟੀ ਆਉਂਦੀ ਹੈਗੀ ਕਿ ਉਹ ਲੀਡਰ ਚੁਣ ਸਕਣ, ਕਿਉਂਕਿ ਆਪਣੇ ਦੇਸ਼ 'ਚ ਤਾਂ ਮਿਸਲੀਡ ਬਹੁਤ ਜਲਦੀ ਕੀਤਾ ਜਾਂਦਾ, ਬ੍ਰੇਨ ਵਾਸ਼ ਬਹੁਤ ਜਲਦੀ ਹੋ ਜਾਂਦਾ ਬੱਚਿਆਂ ਦਾ, ਉਹ ਆਪਣਾ ਦਿਮਾਗ ਯੂਜ਼ ਨਹੀਂ ਕਰਦੇ ਹੈਗੇ। ਸੋ ਬਹੁਤ ਸਾਰੇ ਰੀਜ਼ਨ ਡਿਬੇਟੇਬਲ ਇਸ਼ੂ ਆ। ਪੰਜਾਬ ਸੂਬੇ ਵਿੱਚ ਨੌਜਵਾਨਾਂ ਦੇ ਕਿਹੜੇ ਕਿਹੜੇ ਮੁੱਦੇ ਸਾਨੂੰ ਤੁਹਾਨੂੰ ਸਭ ਤੋਂ ਅਹਿਮ ਨਜ਼ਰ ਆਉਂਦੇ ਆ? ਕਿ ਜਿਹੜਾ ਆਪਣਾ ਐਜੂਕੇਸ਼ਨ ਸਿਸਟਮ ਆ ਐਂਡ ਇੰਪਲੋਇਮੈਂਟ ਸਿਸਟਮ ਆ, ਸਭ ਤੋਂ ਜ਼ਿਆਦਾ ਲੋੜ ਉੱਥੇ ਧਿਆਨ ਦੇਣ ਦੀ ਆ। ਜੇ ਸਾਡਾ ਐਜੂਕੇਸ਼ਨ ਸਿਸਟਮ ਸਹੀ ਚੱਲੂਗਾ ਤਾਂ ਉਹ ਜਿਹੜੇ ਅਨਇੰਪਲੋਇਮੈਂਟ ਦੀ ਜਿਹੜੀ ਬਿਮਾਰੀ ਆ, ਬਿਮਾਰੀ ਵੀ ਕਹਿ ਲਓ, ਖਾ ਰਹੀ ਹੈ ਸਮਾਜ ਨੂੰ, ਤਾਂ ਉਹ ਸਭ ਤੋਂ ਵੱਡਾ ਇਸ਼ੂ ਆ। ਈਵਨ ਨਸ਼ਾ ਸਾਰਾ ਕੁਛ ਇਹਦੇ ਨਾਲ ਰਿਲੇਟਡ ਆ। ਇੱਕ ਯੰਗਸਟਰ ਆ, ਉਹਦੇ ਮਾਂ ਬਾਪ ਨੂੰ ਬਹੁਤ ਪੈਸੇ ਦੇ ਕੇ ਪੜ੍ਹਾਉਂਦੇ ਆ, ਟੋਪਰ ਵੀ ਆ, PhD ਵੀ ਕਰ ਲੈਂਦਾ, PhD ਕਰਕੇ ਵੀ ਉਹ ਕੀ ਕਰ ਰਿਹਾ, ਅਡਹੋਕ 'ਤੇ ਜੋਬ ਕਰ ਰਿਹਾ, 6,000 ਰੁਪਇਆ ਤਨਖਾਹ, ਧੱਕੇ ਖਾ ਰਹੇ ਆ। ਤਾਂ ਉਹਨਾਂ ਦੇ ਅੰਦਰ ਆਉਂਦਾ ਕਿ ਮੈਂ ਇੰਨਾ ਪੜ੍ਹ ਲਿਖ ਕੇ ਫਰਸਟ ਹੀ ਹੋ ਜਾਂਦਾ ਕਿ ਇਸ ਲਈ ਕਿਉਂ, ਕਿਉਂਕਿ ਮੇਰੇ ਕੋਲ ਸਿਫਾਰਸ਼ ਨਹੀਂ, ਮੇਰੇ ਕੋਲ ਪੈਸੇ ਨਹੀਂ, ਅਤੇ ਮੈਂ ਇੰਨੀ ਘਟੀਆ ਜੋਬ ਕਰ ਰਿਹਾ, ਮੈਂ ਪੜ੍ਹਾਈ 'ਤੇ ਪੈਸੇ ਕਿਉਂ ਵੇਸਟ ਕੀਤੇ। ਉਹ ਉਹਨਾਂ ਦੇ ਅੰਦਰ ਮਤਲਬ ਉਹ ਆ ਜਾਂਦੀ ਹੈ, ਫਿਰ ਉਹ ਨਸ਼ੇ ਵੱਲ ਚਲੇ ਜਾਂਦੇ ਨੇ, ਸਾਈਕੋਲੋਜੀਕਲੀ ਵੀਕ ਹੋ ਜਾਂਦੇ ਨੇ, ਸੁਸਾਈਡ ਕਰਦੇ। ਸੋ ਸਭ ਤੋਂ ਵੱਡੀ ਜਿਹੜੀ ਆਪਣੀ ਪ੍ਰੋਬਲਮ ਆ ਯੂਥ ਦੀ ਤਾਂ ਉਹ ਅਨਇੰਪਲੋਇਮੈਂਟ ਆ ਅਤੇ ਐਜੂਕੇਸ਼ਨ ਸਿਸਟਮ। ਸੋ ਜੇ ਇਹਨਾਂ ਚੀਜ਼ਾਂ ਦੇ ਵਿੱਚ ਇੰਪਰੂਵਮੈਂਟ ਹੋ ਜੂਗੀ ਤਾਂ ਬਾਕੀ ਚੀਜ਼ਾਂ ਆਪਣੇ ਆਪ ਸੁਧਰ ਜਾਣਗੀਆਂ। ਅਨਇੰਪਲੋਇਮੈਂਟ ਦਾ ਇਸ਼ੂ ਦਾ ਇੱਥੇ ਤੁਸੀਂ ਜ਼ਿਕਰ ਕੀਤਾ, ਅਨਇੰਪਲੋਇਮੈਂਟ ਤੋਂ ਹੀ ਦੁਖੀ ਹੋ ਕੇ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਬਾਹਰਲੇ ਮੁਲਕਾਂ 'ਚ ਜਾ ਰਹੇ ਹੈ,
ਉੱਥੇ ਹੀ ਤੁਸੀਂ ਬਾਹਰਲੇ ਮੁਲਕ ਦੇ ਵਿੱਚ ਰਹਿਣ ਦਾ ਜਿਹੜਾ ਤੁਹਾਡੇ ਕੋਲ ਓਪਰਚੁਨਿਟੀ ਸੀ ਉਹਨੂੰ ਛੱਡ ਕੇ ਤੁਸੀਂ ਪੰਜਾਬ ਵਿੱਚ ਰਹਿ ਰਹੇ ਹੋ, ਇਹਦੇ ਤੁਹਾਨੂੰ ਕੀ ਕਾਰਨ ਲੱਗਦੇ ਹੈ ਕਿ ਤੁਸੀਂ ਉਹ ਵਾਲੀ ਓਪਰਚੁਨਿਟੀ ਨੂੰ ਛੱਡ ਕੇ ਪੰਜਾਬ ਦੇ ਵਿੱਚ? ਮੈਮ, ਮੈਨੂੰ ਲੱਗਦਾ ਕਿ ਜਿਹੜੀ ਹਰ ਬੰਦਾ ਚਾਹੁੰਦਾ ਹੋਊਗਾ, ਮੈਂ ਨਹੀਂ ਚਾਹੁੰਦੀ ਕਿ ਮੇਰੀ ਲਾਈਫ ਈਜ਼ੀ ਹੋਵੇ। ਮੈਨੂੰ ਲੱਗਦਾ ਕਿ ਉਹ ਜਿਹੜੇ ਦੇਸ਼ ਨੇ ਉਹ ਸੁਧਰੇ ਹੋਏ ਨੇ, ਆਲਰੇਡੀ ਵੈਲਫੇਅਰ ਸਟੇਟ ਆ। ਜਿੱਥੇ ਦਾ ਸਵੀਪਰ ਮਰਸਡੀਜ਼ ਦੇ ਵਿੱਚ ਟਰੈਵਲ ਕਰਦਾ ਆ, ਜਿੱਥੇ ਦੇ ਸਵੀਪਰ ਦੇ ਕੋਲ ਵਧੀਆ ਲਾਈਫ ਸਟਾਈਲ ਆ ਬੱਚਿਆਂ ਨੂੰ ਦੇਣ ਲਈ, ਜਿੱਥੇ ਆਲਰੇਡੀ ਇਕੁਐਲਿਟੀ ਆ, ਉਹਨਾਂ ਨੂੰ ਸਾਡੀ ਲੋੜ ਨਹੀਂ ਗੀ। ਜੇ ਜਿਹੜਾ ਸਾਡੇ ਅੰਦਰ, ਮਤਲਬ ਮੈਂ ਜਾਂ ਮੇਰੇ ਨਾਲ ਦੇ ਹੋਰ ਜਿਹੜੇ ਯੰਗ ਵਰਕਰ ਨੇ ਜਾਂ ਲੀਡ ਕਰਦੇ ਨੇ ਜਾਂ ਆਵਾਜ਼ ਬਣਦੇ ਆ ਕਿਸੇ ਦੀ, ਉਹਨਾਂ ਦੀ ਲੋੜ ਆਪਣੀ ਕੰਟਰੀ ਵਰਗੇ ਜਾਂ ਆਪਣੇ ਦੇਸ਼ ਵਿੱਚ ਆ, ਤਾਂ ਕਿਉਂਕਿ ਜਿੱਥੇ ਪ੍ਰੋਬਲਮਸ ਨੇ, ਮੈਂ ਇਹਨਾਂ ਪ੍ਰੋਬਲਮਸ ਨਾਲ ਜੂਝ ਕੇ ਮੈਂ ਇਸ ਦੇਸ਼ ਨੂੰ, ਇੱਥੇ ਦੇ ਲੋਕਾਂ ਨੂੰ ਮੈਂ ਉਸ ਰਾਹ 'ਤੇ ਲਿਆਉਣਾ ਚਾਹੁੰਦੀ ਹਾਂ ਜੋ ਲਾਈਫ ਸਟਾਈਲ ਮੈਨੂੰ ਮਿਲਿਆ। ਮੈਂ ਵੀ ਬਹੁਤ ਸਟਰਗਲ ਕਰਕੇ ਮੈਮ ਅੱਗੇ ਤੱਕ ਪਹੁੰਚੀ ਹਾਂ। ਉਹੀ ਨੌਜਵਾਨ ਜਿਹੜੇ ਬਾਹਰ ਜਾ ਚੁੱਕੇ ਹੈ ਉਹਨਾਂ ਨੂੰ ਵਾਪਸ ਲੈ ਕੇ ਆਉਣ ਦਾ ਕੋਈ ਤੁਹਾਡੇ ਕੋਲ ਹੱਲ ਨਜ਼ਰ ਆਉਂਦਾ, ਜਾਂ ਫਿਰ ਜਿਹੜੇ ਜਾ ਰਹੇ ਹੈ ਉਹਨਾਂ ਨੂੰ ਰੋਕਣ ਦਾ ਕੋਈ ਹੱਲ? ਮੈਮ ਦੇਖੋ, ਜਿਹੜੇ ਜਾ ਚੁੱਕੇ ਆ ਉਹਦਾ 100% ਵਾਪਸ ਨਹੀਂ ਆਉਣਗੇ, ਬਟ ਹਾਂ ਜਿਹੜੇ ਜਾ ਰਹੇ ਨੇ ਉਹਨਾਂ ਨੂੰ ਰੋਕਿਆ ਜਾ ਸਕਦਾ ਜੇ ਉਹਨਾਂ ਨੂੰ ਵੀ ਇੱਥੇ ਵਧੀਆ ਜੋਬ ਔਰ ਮਿਨੀਮਮ ਵੇਜਿਸ ਡਿਸਾਈਡ ਹੋ ਜਾਣ, ਉਹਨਾਂ ਨੂੰ ਵੀ ਕੁਆਲਿਟੀ ਆਫ ਲਾਈਫ। ਕਿਸ ਲਈ ਜਾ ਰਹੇ ਆ ਬਾਹਰ? ਕੁਆਲਿਟੀ ਆਫ ਲਾਈਫ ਲਈ। ਜੋ ਹੀ ਕੁਆਲਿਟੀ ਆਫ ਲਾਈਫ ਇੱਥੇ ਮਿਲ ਜਾਵੇ, ਉਹੀ ਅਨਇੰਪਲੋਇਮੈਂਟ ਦਾ ਸਲਿਊਸ਼ਨ ਇੱਥੇ ਮਿਲ ਜਾਵੇ ਉਹਨਾਂ ਨੂੰ, ਈਵਨ ਜੇ ਉਹ ਪ੍ਰਾਈਵੇਟ ਜੋਬ ਵੀ ਕਰਨ ਪੜ੍ਹ ਲਿਖ ਕੇ ਨੋਰਮਲ ਬੰਦਾ, ਤਾਂ ਉਹਨਾਂ ਨੂੰ ਉਹਨਾਂ ਦੀ ਲਾਈਫ ਸਟੈਂਡਰਡ ਦੇ ਅਕੋਰਡਿੰਗ ਉਹਨਾਂ ਨੂੰ ਵੇਜਸ ਮਿਲ ਜਾਣ, ਤਾਂ ਮੈਨੂੰ ਲੱਗਦਾ ਕਿ ਉਹ ਰੁਕ ਸਕਦੇ ਨੇ। ਬਾਦਲ ਸਰਕਾਰ ਦੇ ਖਿਲਾਫ਼ ਤੁਹਾਡੀ ਆਵਾਜ਼ ਬੜੀ ਬੁਲੰਦ ਹੈਗੀ ਹੈ, ਸੋਸ਼ਲ ਮੀਡੀਆ ਨੂੰ ਵੀ 'ਤੇ ਵੀ ਦੇਖਣ ਨੂੰ ਮਿਲਦੀ ਹੈ, ਤੁਹਾਨੂੰ ਕੀ ਲੱਗਦਾ ਬਾਦਲ ਸਰਕਾਰ ਨੇ ਕੰਮ ਨਹੀਂ ਕੀਤਾ ਹੈਗਾ ਸੂਬੇ ਵਿੱਚ ਤੁਸੀਂ ਇੰਨੀ ਆਵਾਜ਼ ਉਠਾਉਂਦੇ ਹੋ? ਮੈਮ ਜੇ ਉਹਨਾਂ ਨੇ ਕੰਮ ਕੀਤਾ ਹੁੰਦਾ ਤਾਂ ਸ਼ਾਇਦ ਮੈਂ ਆਵਾਜ਼ ਉਠਾਉਂਦੀ ਨਾ। ਸਿੱਧੀ ਜੀ ਗੱਲ ਆ ਮੈਮ, ਪਤਾ ਕੀ ਆ, ਸਭ ਤੋਂ ਜ਼ਿਆਦਾ ਦੁੱਖ ਕੀ ਹੁੰਦਾ, ਸਭ ਨੂੰ ਪਤਾ ਕਿ ਆ ਜਿਹੜਾ ਨਸ਼ੇ ਦਾ ਦਰਿਆ ਵਹਿ ਰਿਹਾ ਉਹਦੇ ਪਿੱਛੇ ਰਿਸਪੋਂਸੀਬਲ ਮਜੀਠੀਆ ਐਂਡ ਸੁਖਬੀਰ ਬਾਦਲ ਨੇ, ਠੀਕ ਆ। ਉਹ ਯੂਥ ਨੂੰ ਬ੍ਰੇਨ ਵਾਸ਼ ਕਰਕੇ ਆਪਣੇ ਨਾਲ ਰਲਾ ਲੈਂਦੇ ਨੇ, ਲੋਕਾਂ ਨੂੰ ਰਲਾ ਕੇ ਮਿਸਲੀਡ ਕਰ ਰਹੇ ਨੇ, ਤਾਂ ਇਸ ਕਰਕੇ ਮੈਂ ਉਹਨਾਂ ਦੇ ਖਿਲਾਫ਼ ਹਾਂ। ਬਾਕੀ ਮੈਮ ਸਿੱਧੀ ਜੀ ਗੱਲ ਆ, ਵੱਡੇ ਸਾਰੇ ਮਤਲਬ ਬਿਲਡਿੰਗਸ ਖੜੀਆਂ ਕਰ ਦੇਣਾ ਜਾਂ ਕੁਛ ਕੁ ਰੋਡ ਵਧੀਆ ਬਣਾ ਦੇਣਾ, ਕੁਛ ਕੁ ਰੋਡ ਸਾਰੇ ਪੰਜਾਬ ਦੀਆਂ ਨੇ, ਠੀਕ ਆ। ਜੇ ਚੰਡੀਗੜ੍ਹ ਏਅਰਪੋਰਟ ਤੋਂ ਲੈ ਕੇ ਮੋਹਾਲੀ ਤੱਕ ਦਾ, ਬਲੌਂਗੀ ਤੱਕ ਦੀਆਂ ਲਾਈਟਾਂ ਤੱਕ ਜੇ ਰੋਡ ਵਧੀਆ ਬਣਾਤਾ, ਡਜ਼ਨ ਮੀਨ ਕਿ ਉਹਨਾਂ ਨੇ ਬਹੁਤ ਡਿਵੈਲਪਮੈਂਟ ਕਰਤੀ ਆ, ਠੀਕ ਆ। ਸਾਡੇ ਤੋਂ ਇੰਪਲੋਇਮੈਂਟ ਰਿਕਰੂਟਮੈਂਟ ਐਗਜ਼ਾਮੀਨੇਸ਼ਨ ਦੇ ਲਈ ਕਰੋੜਾਂ ਅਰਬਾਂ ਰੁਪਏ ਇਕੱਠੇ ਕਰਦੇ ਆ, ਫਿਰ ਉਹ ਐਗਜ਼ਾਮੀਨੇਸ਼ਨ ਕੈਂਸਲ ਕਰ ਦਿੰਦੇ, ਫਿਰ ਕਾਹਦੀ ਮੈਮ ਉਹਨਾਂ ਨੇ ਡਿਵੈਲਪਮੈਂਟ ਕੀਤੀ ਆ? ਆ ਲੇਟੈਸਟ ਜਿਹੜੇ ਪੇਪਰ ਹੋਏ ਸੀ ਸਾਰੇ ਇਹਨਾਂ ਨੇ ਕੈਂਸਲ ਕਰਤੇ, ਪੈਸੇ ਲੈ ਲੈਂਦੇ ਆ ਫੀਸਾਂ ਦੇ ਨਾਂ ਦੇ ਉੱਤੇ, ਸਾਨੂੰ ਇੰਪਲੋਇਮੈਂਟ ਮਿਲਦੀ ਨਹੀਂ, ਯੰਗਸਟਰ ਭੁੱਖੇ ਮਰ ਰਹੇ ਨੇ। ਉਹਨਾਂ ਨੂੰ ਘਰਦੇ ਕਹਿੰਦੇ ਆ ਅੱਛਾ ਤੁਸੀਂ ਇੰਨੀ ਦੇਰ ਤੋਂ ਪੇਪਰ ਦੇ ਜਾਂਦੇ, ਕੋਈ ਨਿਕਲਦਾ ਹੀ ਨਹੀਂ, ਉਹਨਾਂ ਦਾ ਕੀ ਕਸੂਰ ਆ? ਜਦੋਂ ਸਰਕਾਰ ਹੀ ਨਹੀਂ ਪੇਪਰ ਚੰਗੀ ਤਰ੍ਹਾਂ ਉਹਨਾਂ ਦੇ ਮਤਲਬ ਕੱਢ ਰਹੀ ਹੈਗੀ, ਉਹਨਾਂ ਨੂੰ ਇੰਪਲੋਇਮੈਂਟ ਦੇ ਨਹੀਂ ਰਹੀ। ਟੈਲੈਂਟਡ ਬੱਚੇ ਨੇ ਤੁਸੀਂ, ਮੈਂ ਹੋਰ ਦੂਰ ਜਾਣ ਦੀ ਲੋੜ ਨਹੀਂ, ਮੈਂ ਪੰਜਾਬ ਯੂਨੀਵਰਸਿਟੀ ਦੀ ਲਾਇਬ੍ਰੇਰੀ 24/7 ਆ, ਉੱਥੇ ਜਾ ਕੇ ਦੇਖੋ ਟੈਲੈਂਟ ਭਰਿਆ ਪਿਆ ਆ। ਇੱਕ ਯੂਥ ਲੀਡਰ ਅਤੇ ਇੱਕ ਅਨੁਭਵੀ ਲੀਡਰ ਦੋਨਾਂ ਦੀ ਸੋਚ ਵਿੱਚ ਕਿੰਨਾ ਕੁ ਫਰਕ ਰਹਿੰਦਾ? ਮੈਮ ਜਿਹੜਾ ਯੰਗ ਲੀਡਰ ਹੁੰਦਾ ਆ ਉਹਦੇ ਅੰਦਰ ਜੁਝਾਰੂਪਨ ਹੁੰਦਾ, ਰੈਵੋਲਿਊਸ਼ਨਰੀ ਹੁੰਦਾ ਕਿ ਹਾਂ ਮੈਂ ਆਹ ਕਰ ਦੂੰ ਉਹ ਕਰ ਦੂੰ, ਸਾਡੇ 'ਚ ਜੋਸ਼ ਜ਼ਿਆਦਾ ਹੁੰਦਾ ਆ, ਜੋਸ਼ 'ਚ ਅਸੀਂ ਕਈ ਵਾਰ ਗਲਤੀਆਂ ਕਰ ਲੈਂਦੇ ਹਾਂ। ਮੈਨੂੰ ਲੱਗਦਾ ਕਿ ਜਿਹੜੇ ਅਨੁਭਵੀ ਲੀਡਰ ਆ ਉਹਨਾਂ ਕੋਲ ਐਕਸਪੀਰੀਅੰਸ ਹੁੰਦਾ, ਉਹਨਾਂ ਨੂੰ ਚੰਗੇ ਮਾੜੇ ਹਰ ਚੀਜ਼ ਦਾ ਗਿਆਨ ਹੁੰਦਾ ਆ, ਉਹ ਸਾਨੂੰ ਦੱਸਣ, ਸਾਨੂੰ ਸਿਖਾਉਣ, ਅਤੇ ਸਾਡੇ ਵਰਗੇ ਜਿਹੜੇ ਯੰਗ ਲੀਡਰ ਆ ਉਹਨਾਂ ਨੂੰ ਮੌਕਾ ਦੇਣ ਕਿ ਹੁਣ ਉਹ ਅਸੀਂ ਉਹਨਾਂ ਦੇ ਐਕਸਪੀਰੀਅੰਸ ਅਤੇ ਆਪਣੇ ਜੋਸ਼ ਦੇ ਨਾਲ ਇਸ ਦੇਸ਼ ਨੂੰ ਬੈਟਰ ਬਣਾ ਸਕੀਏ। ਤੁਹਾਡੇ ਵੱਲੋਂ ਜਾਗੋ ਪੰਜਾਬੀਓ ਜਾਂ ਜਾਗੋ ਪੰਜਾਬ ਦਾ ਨਾਰਾ ਬੜਾ ਦਿੱਤਾ ਜਾਂਦਾ, ਇਹਦੇ ਪਿੱਛੇ ਕੀ ਮਕਸਦ ਹੈ? ਮੈਮ ਆਪਣੇ ਪੰਜਾਬੀ ਸੁੱਤੇ ਪਏ ਨੇ, ਅਜਿਹਾ ਕਿਉਂ ਲੱਗਦਾ ਤੁਹਾਨੂੰ ਸੁੱਤੇ ਪਏ? ਮਾੜਾ ਜਿਹਾ ਕੋਈ ਵੀ ਚੀਜ਼ ਹੁੰਦੀ ਆ, ਮਤਲਬ ਜਿਵੇਂ ਪਿੱਛੇ ਜੇ ਇਸ਼ੂ ਹੋਇਆ ਸੀ ਫਾਰਮਰ ਮੂਵਮੈਂਟ ਚੱਲਿਆ, ਇਹਨਾਂ ਨੇ ਸਿਆਸਤ ਸੀਗੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੈਟਰ ਲਿਆਂਦਾ, ਅਤੇ ਲੋਕਾਂ ਨੇ ਫਾਰਮਰ ਮੂਵਮੈਂਟ ਛੱਡ ਕੇ ਉਹ ਦੂਜੇ ਪਾਸੇ ਤੁਰ ਪਏ। ਉਹਨਾਂ ਦੀਆਂ ਰਿਲੀਜੀਅਸ ਕਾਸਟ ਫੀਲਿੰਗ ਇੰਨੀਆਂ ਇੰਟੈਂਸਿਵ ਨੇ, ਉਹ ਪੋਲੀਟਿਕਸ ਨੂੰ ਅਤੇ ਰਿਲੀਜਨ ਨੂੰ ਮਿਕਸ ਕਰ ਦਿੰਦੇ ਨੇ, ਉਹ ਸੋਚਦੇ ਨਹੀਂ ਕਿ ਸਾਡੇ ਦੇਸ਼ ਲਈ ਕੀ ਲੋੜ ਆ। ਐਂਡ ਸੁੱਤੇ ਪਏ ਨੇ ਮੈਮ ਜਿਹੜੇ ਸ਼ਰਾਬ ਦੀ ਇੱਕ ਬੋਤਲ ਦੇ ਪਿੱਛੇ ਆਪਦਾ ਮਤ ਵੇਚ ਦਿੰਦੇ ਨੇ। ਵੋਟ ਕੀ ਹੁੰਦੀ ਆ? ਮਤਦਾਨ ਮੀਨਸ ਵੀ ਆਰ ਡੋਨੇਟਿੰਗ ਆਰ ਮਾਇੰਡ, ਠੀਕ। ਉਹ ਆਪਣਾ ਮਤ ਇੱਕ ਸ਼ਰਾਬ ਦੀ ਬੋਤਲ ਦੇ ਪਿੱਛੇ ਵੇਚ ਦਿੰਦੇ ਨੇ, ਮੈਮ ਉਹ ਸੁੱਤੇ ਹੀ ਪਏ ਨੇ।
ਤੇ ਪੰਜਾਬੀਆਂ ਨੂੰ ਜਗਾਉਣ ਵਾਸਤੇ ਸੋਸ਼ਲ ਮੀਡੀਆ ਤੇ ਵੀ ਕਾਫੀ ਮੁਹਿੰਮਾਂ ਚੱਲਦੀਆਂ। ਹਰ ਕੋਈ ਪਾਰਟੀ ਆਪਣੇ ਆਪ ਨੂੰ ਵਧਾ ਚੜਾ ਕੇ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ। ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਯੂਥ ਜਿਹੜਾ ਹੈ, ਨੌਜਵਾਨ ਹੈ ਜਾਂ ਪੰਜਾਬ ਦੇ ਲੋਕ ਹੀ ਹੈ, ਮਿਸਗਾਈਡ ਹੋ ਰਹੇ, ਕਿਉਂਕਿ ਹਰ ਪਾਰਟੀ ਆਪਣੇ ਨੂੰ ਵਧਾ ਚੜਾ ਕੇ ਦਿਖਾ ਰਹੀ ਹੈ ਕਿ ਇੱਕ ਰਾਹ ਨਹੀਂ ਲੋਕਾਂ ਨੂੰ ਲੱਭ ਪਾ ਰਿਹਾ ਉਹਦੇ ਵਿੱਚ ਵੀ? ਬਿਲਕੁਲ, ਕਿਉਂਕਿ ਜੋ ਗਰਾਊਂਡ ਲੈਵਲ 'ਤੇ ਆ ਉਹ ਸੋਸ਼ਲ ਮੀਡੀਆ 'ਤੇ ਉਸ ਲੈਵਲ 'ਤੇ ਨਹੀਂ ਹੁੰਦਾ। ਸੋਸ਼ਲ ਮੀਡੀਆ 'ਤੇ ਕਿਸੇ ਵੀ ਚੀਜ਼ ਦੀ ਐਡੀਟਿੰਗ ਕਰਕੇ ਬੜੀ ਜਲਦੀ ਮਿਸਲੀਡ ਕਰ ਦਿੱਤਾ ਜਾਂਦਾ, ਐਂਡ ਆਪਣੇ ਲੋਕ ਇੰਨੇ ਕੁ ਭੋਲੇ ਨੇ, ਫਿਰ ਉਹੀ ਗੱਲ ਆ ਜੂਗੀ ਕਿ ਇੰਨੇ ਕੁ ਸੁੱਤੇ ਪਏ ਨੇ, ਉਹਨਾਂ ਨੂੰ ਜੋ ਦੇਖ ਕੇ ਅੱਛਾ ਫੇਸਬੁੱਕ 'ਤੇ ਆਹ ਚੀਜ਼ ਆ, ਚਲੋ ਜੀ ਮੈਮ, ਉਹਦੇ ਪਿੱਛੇ ਲੱਗ ਜਾਂਦੇ ਨੇ। ਉਹ ਸੋਚਦੇ ਨਹੀਂ ਗੇ ਸੱਚ ਕੀ ਆ, ਉਹ ਦੇਖਦੇ ਨਹੀਂ ਗੇ। ਸੋ ਗਰਾਊਂਡ ਰਿਐਲਿਟੀਜ਼ ਦੇ ਵਿੱਚ ਜਾਂ ਸੋਸ਼ਲ ਮੀਡੀਆ 'ਤੇ ਜਿਹੜਾ ਵਧਾ ਚੜ੍ਹਾ ਕੇ ਦਿਖਾਇਆ ਜਾ ਰਿਹਾ ਉਹਦੇ ਵਿੱਚ ਬਹੁਤ ਫਰਕ ਆ। ਅਸਲ ਸੱਚ ਤਾਂ ਜਿਹੜੇ ਗਰਾਊਂਡ ਲੈਵਲ 'ਤੇ ਕੰਮ ਕਰਦੇ ਨੇ ਨਾ, ਉਹਨਾਂ ਨੂੰ ਹੀ ਪਤਾ ਆ। ਬਾਕੀ ਜਾਂ ਜਿਹੜੀ ਇਸ ਚੀਜ਼ ਦੀ ਸੋਚ ਕੇ ਸਮਝ ਕੇ ਰਿਸਰਚ ਕਰਕੇ ਇਸ ਚੀਜ਼ 'ਤੇ ਬੋਲਦੇ ਨੇ। ਸੋ ਗਾਈਡ ਕਰਨ ਵਾਲੇ ਸੋਸ਼ਲ ਮੀਡੀਆ 'ਤੇ ਬਹੁਤ ਥੋੜ੍ਹੇ ਨੇ, ਮਿਸਲੀਡ ਕਰਨ ਵਾਲੇ ਜ਼ਿਆਦਾ ਨੇ, ਜਿਵੇਂ ਆਪਾਂ ਸਾਰੇ ਦੇਖਦੇ ਸੀਗੇ। ਮੈਂ ਆਪਣੀ ਇੱਕ ਵੀਡੀਓ 'ਚ ਵੀ ਬੋਲਿਆ ਸੀਗਾ, ਤੁਸੀਂ ਵੀ ਸ਼ਾਇਦ ਦੇਖਿਆ ਹੋਣਾ, ਕਿ ਆਪਾਂ ਮੂਵੀਜ਼ ਦੇਖਣ ਜਾਂਦੇ ਹਾਂ ਉਹਦੇ ਉੱਤੇ ਡਿਵੈਲਪਿੰਗ ਪੰਜਾਬ, ਪ੍ਰੋਗਰੈਸਿਵ ਪੰਜਾਬ ਦੀ ਇੱਕ ਵੀਡੀਓ ਆਉਂਦੀ ਆ ਵੀ ਪੰਜਾਬ ਨੇ ਬਹੁਤ ਤਰੱਕੀ ਕਰ ਲਈ, ਇੰਪਲੋਇਮੈਂਟ ਮਿਲ ਰਿਹਾ, ਯੇ ਮਿਲ ਰਿਹਾ, ਬਦਲ ਸਰਕਾਰ ਦੀ ਪੇਡ ਐਡ ਆ। ਈਵਨ ਮੈਮ ਸੋਸ਼ਲ ਮੀਡੀਆ ਨਹੀਂ, ਇਲੈਕਟ੍ਰੋਨਿਕ ਮੀਡੀਆ ਵੀ ਕਿੰਨਾ ਇਸ ਚੀਜ਼ ਦਾ ਮਤਲਬ ਲੋਕਾਂ ਦੇ ਬ੍ਰੇਨ ਵਾਸ਼ ਕਰ ਰਿਹਾ। ਹੁਣੇ ਆਪਾਂ ਦਿੱਲੀ ਦੇ ਵਿੱਚ ਸੁਣਿਆ, ਦਿੱਲੀ ਦਾ ਜਿਹੜਾ 90 ਦਿਨਾਂ ਦੇ ਬਜਟ ਦੇ ਵਿੱਚੋਂ 15 ਕਰੋੜ ਰੁਪਇਆ ਕੇਜਰੀਵਾਲ ਸਰਕਾਰ ਨੇ ਸਿਰਫ ਐਡ 'ਤੇ ਲਗਾ ਤਾ। ਮੈਮ ਉਹ ਲੋਕਾਂ ਦਾ ਪੈਸਾ ਸੀ ਜਿਹੜਾ ਸਕੂਲਸ 'ਚ ਲੱਗਣਾ ਚਾਹੀਦਾ ਸੀ, ਲੋਕਾਂ ਦੀ ਵੈਲਫੇਅਰ 'ਤੇ ਲੱਗਣਾ ਚਾਹੀਦਾ ਸੀ, ਉਹਨਾਂ ਨੇ ਆਪਣੀ ਪ੍ਰਮੋਸ਼ਨ ਲਈ ਲਗਾ ਤਾ। ਪੰਜਾਬ ਦਾ ਅਗਰ ਨੌਜਵਾਨ ਨੂੰ, ਕਿਸੇ ਨੌਜਵਾਨ ਨੂੰ CM ਕੈਂਡੀਡੇਟ ਬਣਾਇਆ ਜਾਂਦਾ, ਸਪੋਜ਼ਡਲੀ ਤੁਸੀਂ ਬਣਦੇ ਹੋ ਪੰਜਾਬ ਦੇ ਚੀਫ ਮਿਨਿਸਟਰ, ਤਾਂ ਸਭ ਤੋਂ ਪਹਿਲੀ ਪ੍ਰਾਇਰਟੀ ਵਿੱਚ ਤੁਹਾਡਾ ਕਿਆ ਹੋਏਗਾ, ਕਿ ਇਸ ਚੀਜ਼ ਨੂੰ ਬਦਲਣਾ ਹੋਏਗਾ? ਮੈਂ ਪਹਿਲਾਂ ਵੀ ਇਹੀ ਗੱਲ ਬੋਲੀ ਸੀ, ਹੁਣ ਵੀ ਮੈਂ ਸਭ ਤੋਂ ਪਹਿਲਾਂ ਆ ਕੇ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਆ ਉਹਨੂੰ ਰਿਫੋਰਮ ਕਰੂੰਗੀ। ਠੀਕ, ਫਿਰ ਵਿਮੈਨ ਇੰਪਾਵਰਮੈਂਟ ਆਪਾਂ ਸਾਰੇ ਗੱਲ ਕਰਦੇ ਹਾਂ ਜੇ, ਪਰ ਉਹ ਸਹੀ ਰੂਪ 'ਚ ਹੋ ਨਹੀਂ ਪਾਉਂਦੀ। ਜੇ ਰੀਅਲ ਵਿਮੈਨ ਇੰਪਾਵਰਮੈਂਟ ਚਾਹੀਦੀ ਹੈ ਮੈਮ, ਉਹਦੇ ਲਈ ਸਾਨੂੰ ਰਿਜ਼ਰਵੇਸ਼ਨ ਦੀ ਲੋੜ ਨਹੀਂ ਹੋਊਗੀ। ਉਹਨਾਂ ਨੂੰ ਮਤਲਬ ਗ੍ਰਾਸਰੂਟ ਲੈਵਲ ਤੋਂ ਹੀ ਉਹਨਾਂ ਦੀ ਐਜੂਕੇਸ਼ਨ ਸਿਸਟਮ, ਉਹਨਾਂ ਦੀ ਸੋਸ਼ਲਾਈਜੇਸ਼ਨ 'ਚ ਹੀ ਉਹਨਾਂ ਨੂੰ ਇੰਨੇ ਇੰਪਾਵਰ ਕਰ ਦਿੱਤਾ ਜਾਵੇ ਕਿ ਉਹ ਬਰਾਬਰ ਖੜੀਆਂ ਹੋ ਸਕਣ। ਮੈਂ ਸਭ ਤੋਂ ਪਹਿਲਾਂ ਐਜੂਕੇਸ਼ਨ ਰਿਫੋਰਮ ਅਤੇ ਅਨਇੰਪਲੋਇਮੈਂਟ ਵਰਗੀਆਂ ਪ੍ਰੋਬਲਮਸ ਨੂੰ ਦੇ ਸਲਿਊਸ਼ਨ ਲੱਭ ਕੇ ਉਹਨਾਂ ਨੂੰ ਸੋਲਵ ਕਰੂੰਗੀ। ਅਤੇ ਇਹ ਮੇਰੇ ਸਭ ਤੋਂ ਵੱਡੇ ਮੁੱਦੇ ਹੋਣਗੇ ਅਗਰ ਮੈਨੂੰ ਮੌਕਾ ਮਿਲਦਾ। ਵੈਸੇ ਇਹ ਮੌਕਾ ਮਿਲਣ ਨਹੀਂ ਲੱਗਿਆ। ਸਿਮਰਨ ਜੀ, ਤੁਹਾਡਾ ਸਾਡੇ ਨਾਲ ਗੱਲ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸੋ ਇਸ ਸਨ ਸਾਡੇ ਨਾਲ ਸਿਮਰਨ ਕੌਰ ਗਿੱਲ। ਅੱਜ ਦੀ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਇਸ ਬਾਰੇ ਸਾਨੂੰ ਈਮੇਲ ਜ਼ਰੂਰ ਕਰਨਾ FMI4media@gmail.com ਤੇ, ਦੈਟ ਇਜ਼ FMI4media@gmail.com। ਫਿਲਹਾਲ ਲਈ ਮੈਨੂੰ ਯਾਨੀ ਕਿ ਨਿਧੀ ਭਾਰਤੀ ਨੂੰ ਇਜਾਜ਼ਤ ਦਿਓ। ਧੰਨਵਾਦ।